ਹੈਲੋ ਗੁੱਡ ਮਾਰਨਿੰਗ ਜੈ ਮਸੀਹ ਦੀ ਪਰਮੇਸ਼ਰ ਜੀ ਦੀ ਬੜੀ ਆਈ ਹੋਏ ਅੱਜ ਦੇ ਨਵੇਂ ਦਿਨ ਦੇ ਲਈ ਅੱਜ ਦੀ ਸਰਜਰੀ ਸਵੇਰ ਦੇ ਲਈ ਔਰ ਮੈਨੂੰ ਪੂਰੀ ਆਸ ਹੈ ਤੁਸੀਂ ਬਿਲਕੁਲ ਰਾਜੀ ਖੁਸ਼ ਹੋ ਤੰਦਰੁਸਤ ਹੋ ਪਰਮੇਸ਼ਰ ਦੇ ਅਨੁਗ੍ਰਹਿ ਦੇ ਹੇਠ ਹੋ ਪਰਮੇਸ਼ਰ ਜੀ ਦੀ ਕਿਰਪਾ ਦੇ ਹੇਠ ਹੋ ਔਰ ਮੇਰੀ ਦਿਲ ਤੋਂ ਦੁਆ ਹੈ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਸੱਚਮੁੱਚ ਹਮੇਸ਼ਾ ਤਿੱਕਰ ਆਪਣੇ ਆਖਰੀ ਸਾਹਾਂ ਤਿੱਕਰ ਪਰਮੇਸ਼ਰ ਦੀ ਵਫਾਦਾਰੀ ਦੇ ਖੰਭਾਂ ਦੇ ਹੇਠ ਛੁਪੇ ਰਹੋ ਔਰ ਬਚੇ ਰਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹalleluya ਧੰਨਵਾਦ ਕਰਦੇ ਹਾਂ ਪਰਮੇਸ਼ਵਰ ਜੀ ਦਾ ਅੱਜ ਦੇ ਇਸ ਦਿਨ ਦੇ ਲਈ ਜਿਹਦਾ ਵਚਨ ਦੇ ਵਿੱਚ ਲਿਖਿਆ ਅੱਜ ਦਾ ਦਿਨ ਯਹਵਾ ਨੇ ਬਣਾਇਆ ਤੇ ਮੈਂ ਇਹਦੇ ਵਿੱਚ ਅਨੰਦਿਤ ਹਾਂ ਅਰ ਸੱਚਮੁੱਚ ਅੱਜ ਦਾ ਦਿਨ ਯਹਵਾ ਪਰਮੇਸ਼ਵਰ ਨੇ ਬਣਾਇਆ ਪਰਮੇਸ਼ਵਰ ਨੇ ਆਪਣੇ ਸਾਮਰਥ ਦੇ ਨਾਲ ਦਿੱਤਾ ਆ ਅਰ ਸੱਚਮੁੱਚ ਅੱਜ ਦਾ ਦਿਨ ਅਨੰਦਿਤ ਹੋਣ ਦਾ ਦੇਣਿਆ ਅੱਜ ਦਾ ਦਿਨ ਖੁਸ਼ੀ ਮਨਾਉਣ ਦਾ ਦੇਣਿਆ ਕਿਉਂਕਿ ਅਸੀਂ ਜੀਂਦੇ ਆ ਅੱਜ ਵੀ ਅਸੀਂ ਜੀਂਦੇ ਆ ਅੱਜ ਵੀ ਸਾਡੇ ਸਾਹ ਚੱਲ ਰਹੇ ਆ ਸੋ ਅੱਜ ਦਾ ਦਿਨ ਸੈਲੀਬ੍ਰੇਸ਼ਨ ਦਾ ਦੇਣਾ ਸੈਲੀਬ੍ਰੇਟ ਕਰਨ ਦਾ ਦੇਣਿਆ ਕਿਉਂਕਿ ਜੀਵਨ ਦੇ ਨਾਲੋਂ ਚੰਗੀ ਚੀਜ਼ ਇਸ ਧਰਤੀ ਦੇ ਉੱਤੇ ਸੰਸਾਰ ਦੇ ਉੱਤੇ ਕੁਝ ਨਹੀਂ ਆ ਅਗਰ ਤੁਸੀਂ ਜੀਂਦੇ ਆ ਤਾਂ ਸਾਰਾ ਕੁਝ ਆ ਅਗਰ ਤੁਸੀਂ ਜਿੰਦਾ ਹੀ ਨਹੀਂ ਆ ਫਿਰ ਚਾਹੇ ਸੋਨੇ ਦੇ ਥਾਲ ਹੋਣ ਚਾਹੇ ਮਹਿੰਗੇ ਮੁੱਲ ਦੀਆਂ ਕਾਰਾਂ ਹੋਣ ਚਾਹੇ ਤੁਸੀਂ ਜਹਾਜ਼ਾਂ ਦੇ ਮਾਲਕ ਹੋਵੋ ਜਦੋਂ ਤੁਹਾਡੇ ਸਵਾਸ ਮੁੱਕ ਗਏ ਤੁਹਾਡੇ ਸਾਹ ਖਤਮ ਹੋ ਗਏ ਫਿਰ ਨਾਲ ਹੀ ਸਾਰਾ ਕੁਝ ਖਤਮ ਹੋ ਜਾਣਾ ਫਿਰ ਉਹ ਤੁਹਾਡੇ ਲਈ ਬੇਮਾਇਨੇ ਆ ਬੇਫਜ਼ੂਲ ਆ ਇਸ ਲਈ ਜਿੰਦਾ ਹੋਣਾ ਇਸ ਸੰਸਾਰ ਦੀ ਸਭ ਤੋਂ ਵੱਡੀ ਇੱਕ ਆਸ਼ੀਸ਼ ਆ ਸਾਡੇ ਲਈ ਕਿ ਅਸੀਂ ਜਿੰਦਾ ਆ ਅਰਚਨ ਦੇ ਵਿੱਚ ਲਿਖਿਆ ਮੈਂ ਧੰਨਵਾਦ ਕਰਦਾ ਕਿ ਮੈਂ ਜੀਂਦਾ ਆ ਮੈਂ ਮੌਤ ਦੇ ਟੋਏ ਵਿੱਚ ਨਹੀਂ ਪੈ ਗਿਆ ਕਿਉਂਕਿ ਜਿੰਦਾ ਹਾਂ ਜਿੰਦਾ ਹੀ ਪਰਮੇਸ਼ਵਰ ਦੀ ਉਸਤਤ ਕਰ ਸਕਦਾ ਜਿਹੜਾ ਮਰ ਗਿਆ ਉਹ ਹੁਣ ਪਰਮੇਸ਼ਵਰ ਨੂੰ ਜਾਣ ਨਹੀਂ ਸਕਦਾ ਜਿਹੜਾ ਗੁਨਾਹ ਦੇ ਵਿੱਚ ਮਰ ਗਿਆ ਹੁਣ ਉਹਦੇ ਕੋਲੇ ਚਾਂਸ ਨਹੀਂ ਆ ਕਿ ਉਹ ਰਿਪੈਂਟੈਂਸ ਕਰੇ ਉਹ ਤੋਬਾ ਕਰੇ ਉਹ ਪਰਮੇਸ਼ਵਰ ਦੇ ਅੱਗੇ ਝੁਕੇ ਉਹ ਆਪਣੇ ਗੁਨਾਹਾਂ ਦਾ ਇਕਰਾਰ ਕਰੇ ਉਹਦੇ ਸਾਰੇ ਚਾਂਸ ਖਤਮ ਹੋ ਗਏ ਆ ਉਹਦੇ ਕੋਲੋਂ ਚਾਂਸ ਖਤਮ ਹੋ ਗਿਆ ਕਿ ਕਿਸੇ ਨੂੰ ਜਾ ਕੇ ਮਨਾ ਸਕੇ ਕਿਸੇ ਰੁੱਸੇ ਹੋਏ ਨੂੰ ਮਨਾ ਸਕੇ ਅਗਰ ਉਹ ਆਪਣੇ ਭਰਾ ਨਾਲ ਗੁੱਸੇ ਸੀਗਾ ਹੁਣ ਉਹ ਜਦੋਂ ਮਰ ਗਿਆ ਹੁਣ ਉਹ ਆਪਣੇ ਰੁੱਸੇ ਹੋਏ ਭਰਾ ਨੂੰ ਮਨਾ ਨਹੀਂ ਸਕਦਾ ਉਹ ਆਪਣੀ ਨਾਰਾਜ਼ ਹੋਈ ਜਿਹੜੀ ਉਹਦੀ ਸਿਸਟਰ ਆ ਉਹਦੀ ਭੈਣ ਆ ਉਹਦੇ ਨਾਲ ਉਹ ਰਜ਼ਾਮੰਦੀ ਨਹੀਂ ਕਰ ਸਕਦਾ ਅਗਰ ਉਹ ਆਪਣੀ ਵਾਈਫ ਦੇ ਨਾਲ ਲੜਾਈ ਦੇ ਵਿੱਚ ਸੀਗਾ ਗੁੱਸੇ ਨਾਰਾਜ਼ਗੀ ਵਿੱਚ ਸੀਗਾ ਜਾਂ ਕੋਈ ਵਾਈਫ ਆ ਉਹ ਆਪਣੇ ਹਸਬੰਡ ਦੇ ਨਾਲ ਗੁੱਸੇ ਨਾਰਾਜ਼ਗੀ ਵਿੱਚ ਸੀ ਤਾਂ ਹੁਣ ਉਹਨਾਂ ਦੇ ਕੋਲੇ ਜਿਹੜਾ ਮਰ ਗਿਆ ਉਹਦੇ ਕੋਲੇ ਚਾਂਸ ਨਹੀਂ ਆ ਕਿ ਉਹ ਆਪਣੀ ਗਲਤੀ ਨੂੰ ਸੁਧਾਰ ਸਕੇ ਅੱਜ ਅਸੀਂ ਜੀਂਦੇ ਆ ਸਾਡੇ ਕੋਲੇ ਚਾਂਸ ਆ ਅਸੀਂ ਨਹੀਂ ਜਾਣਦੇ ਸਾਡੇ ਕੋਲੇ ਇੱਕ ਸਾਹ ਆ ਕਿ 1 ਲੱਖ ਸਾਹ ਆ ਅਸੀਂ ਨਹੀਂ ਜਾਣਦੇ ਇੱਕ ਦਿਨ ਆ ਕਿ 1000 ਦਿਨ ਬਾਕੀ ਸਾਡੇ ਕੋਲ ਪਿਆ ਆ ਜੋ 10000 ਦਿਨ ਸਾਡੇ ਕੋਲ ਬਾਕੀ ਪਏ ਆ ਜਾਂ 1 ਲੱਖ ਦਿਨ ਸਾਡੇ ਕੋਲ ਬਏ ਆ ਅਸੀਂ ਨਹੀਂ ਜਾਣਦੇ ਪਰ ਅਸੀਂ ਅੱਜ ਦੇ ਇਸ ਰਾਈਟ ਟਾਈਮ ਨੂੰ ਜੋ ਪਰਮੇਸ਼ਵਰ ਜੀ ਨੇ ਸਾਡੇ ਜੀਵਨ ਦੇ ਵਿੱਚ ਦਿੱਤਾ ਅਸੀਂ ਉਹਦਾ ਰਾਈਟ ਯੂਜ਼ ਕਰ ਸਕਦੇ ਆ ਅਸੀਂ ਇਸ ਸਮੇਂ ਨੂੰ ਕੈਸ਼ ਕਰ ਸਕਦੇ ਆ ਆਪਣੀਆਂ ਗਲਤੀਆਂ ਨੂੰ ਸੁਧਾਰ ਸਕਦੇ ਆ ਰੁੱਸਿਆ ਹੋਇਆਂ ਨੂੰ ਮਨਾ ਸਕਦੇ ਆ ਟੁੱਟਿਆ ਹੋਇਆਂ ਨੂੰ ਜੋੜ ਸਕਦੇ ਆ ਵਿਸ਼ੇਸ਼ ਤੌਰ ਤੇ ਆਪਣੇ ਟੁੱਟੇ ਹੋਏ ਰਿਸ਼ਤੇ ਨੂੰ ਜੋ ਪਰਮੇਸ਼ਵਰ ਦੇ ਨਾਲੋਂ ਟੁੱਟ ਚੁੱਕਾ ਆ ਅਸੀਂ ਉਹਨੂੰ ਗੰਡਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਤੌਬਾ ਕਰ ਸਕਦੇ ਹਾਂ ਤਾਂ ਜੋ ਅਸੀਂ ਬਚਾਏ ਜਾਈਏ ਹallelujah ਪਰ ਪਰਮੇਸ਼ਵਰ ਦੇ ਮਨ ਦੀ ਇਹ ਪਹਿਲੀ ਇੱਛਾ ਹੈ ਕਿ ਪਰਮੇਸ਼ਵਰ ਦੇ ਹੱਥਾਂ ਦਾ ਬਣਾਇਆ ਹੋਇਆ ਮਨੁੱਖ ਪਰਮੇਸ਼ਵਰ ਦੇ ਨੇੜੇ ਆਏ ਆਪਣੇ ਗੁਨਾਹਾਂ ਦਾ ਇਕਰਾਰ ਕਰੇ ਕਿਉਂਕਿ ਅਸੀਂ ਜਿੰਨੀ ਦੇਰ ਤੱਕ ਅਸੀਂ ਗੁਨਾਹਾਂ ਦੇ ਨਾਲ ਲੱਦੇ ਹੋਏ ਹਾਂ ਅਸੀਂ ਧਾਰਮਿਕਤਾ ਦੇ ਵਿੱਚ ਪਰਵੇਸ਼ ਨਹੀਂ ਕਰ ਸਕਦੇ ਅਸੀਂ ਜਿਹੜਾ ਮੋਸਟ ਹੋਲੀ ਪਲੇਸ ਅਸੀਂ ਉਹਦੇ ਵਿੱਚ ਐਂਟਰ ਨਹੀਂ ਕਰ ਸਕਦੇ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਆ ਤਾਂ ਉਹਦੇ ਵਿੱਚ ਐਂਟਰ ਕਰਨ ਦੇ ਲਈ ਸਾਨੂੰ ਹੋਲੀ ਹੋਣਾ ਪੈਣਾ ਹੈ ਸਾਨੂੰ ਪਵਿੱਤਰ ਹੋਣਾ ਪੈਣਾ ਹੈ ਤਾਂ ਜੋ ਅਸੀਂ ਅੱਤ ਪਵਿੱਤਰ ਦੇ ਅੱਗੇ ਖਲੋ ਸਕੀਏ ਹਾਲੇਲੂਇਆ ਤਾਂ ਪਵਿੱਤਰ ਹੋਣ ਦੇ ਲਈ ਸਾਨੂੰ ਆਪਣੇ ਜੀਵਨ ਦੇ ਜਿਹੜੇ ਗੁਨਾਹ ਆ ਸਾਡੇ ਉੱਤੇ ਲੇਥੂ ਪੇਥੂ ਹੋਏ ਜਿਹੜੇ ਸਾਨੂੰ ਚਿਪਕੇ ਹੋਏ ਆ ਜਿਨ੍ਹਾਂ ਦੇ ਨਾਲ ਅਸੀਂ ਲਿਬੜੇ ਹੋਏ ਆ ਸਾਨੂੰ ਉਹ ਗੁਨਾਹਾਂ ਤੋਂ ਆਜ਼ਾਦ ਹੋਣਾ ਪਊਗਾ ਔਰ ਉਹਨਾਂ ਗੁਨਾਹਾਂ ਤੋਂ ਆਜ਼ਾਦ ਹੋਣ ਲਈ ਸਾਨੂੰ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ ਪਊਗਾ ਮੰਨਣਾ ਪਊਗਾ ਕਿ हे ਪਿਤਾ ਪਰਮੇਸ਼ਰ ਮੈਂ ਪਾਪੀ ਤੇ ਗੁਨਾਗਾਰ ਆ ਮੇਰੇ ਗੁਨਾਹ ਮੈਨੂੰ ਮਾਫ ਕਰੋ ਔਰ ਉਹ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ ਜਦੋਂ ਤੁਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗੋਗੇ ਪਰਮੇਸ਼ਰ ਦੇ ਕੋਲੋਂ ਤਾਂ ਉਹ ਜਰੂਰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਵਸੀਲੇ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਹੋਣ ਦੇ ਵਸੀਲੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਵਹਾਏ ਜਾਣ ਦੇ ਵਸੀਲੇ ਤੁਹਾਡੇ ਗੁਨਾਹਾਂ ਨੂੰ ਪਰਮੇਸ਼ਰ ਜੀ ਮਾਫ ਕਰਨਗੇ ਅਰੇ ਬਹੁਤ ਜ਼ਰੂਰੀ ਆ ਕਿ ਅਸੀਂ ਸਮਝ ਲਈਏ ਕਿ ਪ੍ਰਭੂ ਯਿਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਆਪਦੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਇਸ ਲਈ ਜਦੋਂ ਵੀ ਅਸੀਂ ਗੁਨਾਹਾਂ ਦੀ ਮਾਫੀ ਮੰਗਣੀ ਆ ਤੇ ਅਸੀਂ ਇਹ ਇਕਰਾਰ ਕਰਨਾ ਆ ਕਿ ਮੈਂ ਯਕੀਨ ਕਰਦਾ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੇ ਗੁਨਾਹ ਚੱਕ ਲਏ ਔਰ ਮੇਰੇ ਬਦਲੇ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਹਾਲੇਲੂਇਆ ਤਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ ਤਾਂ ਜੋ ਮੈਨੂੰ ਗੁਨਾਹات ਦੇ ਬਿਨਾ ਜੀਣ ਦਾ ਜਿਹੜਾ ਜੀਵਨ ਹੈ ਉਹ ਪ੍ਰਾਪਤ ਹੋਏ ਹallelujah ਪਵਿੱਤਰ ਜੀਵਨ ਮਿਲੇ ਤਾਂ ਇਸ ਤਰੀਕੇ ਦੇ ਨਾਲ ਅਸੀਂ ਤੋਬਾ ਕਰ ਸਕਦੇ ਹਾਂ ਤਾਂ ਜੋ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਦੇਖ ਸਕੀਏ ਹallelujah ਅੱਜ ਆਪਾਂ ਪਰਮੇਸ਼ਰ ਜੀ ਦੀ ਬਾਣੀ ਦੇ ਵਿੱਚੋਂ ਬਚਨ ਦੇ ਵਿੱਚੋਂ ਜਿਹੜੀ ਚੀਜ਼ ਸਿੱਖਣੀ ਆ ਉਹ ਆਪਾਂ ਸਿੱਖਾਂਗੇ ਲੂਕ ਵਾਰਮਨੈਸ ਦੇ ਬਾਰੇ ਵਿੱਚ ਅ ਗੁਣਗੁਣੇ ਹੋਣ ਦੇ ਬਾਰੇ ਵਿੱਚ ਜਿਹੜਾ ਕੋਸਾ ਕੋਸਾ ਜਾਂ ਨਿਗਾ ਉਹਦੇ ਬਾਰੇ ਵਿੱਚ ਆਪਾਂ ਜਿਹੜਾ ਆ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਪਵਿੱਤਰ ਬਾਈਬਲ ਉਹਦੇ ਬਾਰੇ ਕੀ ਕਹਿੰਦਾ ਆ ਕਈ ਵਾਰੀ ਆਪਾਂ ਤੁਸੀਂ ਸੁਣਿਆ ਹੋਊਗਾ ਕਈ ਵੇ ਆਪਾਂ ਕਹਿੰਦੇ ਫਲਾਨਾ ਤਾਂ ਬਾਹਲਾ ਹੀ ਨਿੱਗੇ ਸੁਭਾਅ ਦਾ ਆ ਬਈ ਉਹ ਬਹੁਤ ਬਰਦਾਸ਼ਤ ਕਰ ਲਿੰਦਾ ਹਨਾ ਮਲਾਪੜਾ ਸੁਭਾਅ ਹੋਏ ਹਾਂ ਇਨਸਾਨੀਅਤ ਦੇ ਤੌਰ ਤੇ ਅਗਰ ਤੁਸੀਂ ਨਿੱਗੇ ਸੁਭਾਅ ਦੇ ਹੋ ਬਹੁਤ ਚੰਗੀ ਗੱਲ ਬਹੁਤ ਸੋਹਣਾ ਲੱਗਦਾ ਆ ਪਰ ਅਗਰ ਤੁਸੀਂ ਆਤਮਿਕ ਤੌਰ ਤੇ ਨਿੱਗੇ ਆ ਪਰਮੇਸ਼ਵਰ ਨੂੰ ਉਹ ਪਸੰਦ ਨਹੀਂ ਆ ਇਸ ਲਈ ਜਿੱਦਾਂ ਜਿਹੜਾ ਜਿਹਦਾ ਨਿੱਗਾ ਸੁਭਾਅ ਹੁੰਦਾ ਆ ਉਹ ਅਸੀਂ ਕਿਉਂ ਪਸੰਦ ਕਰਦੇ ਆ ਵੀ ਤੁਸੀਂ ਉਹਨੂੰ ਕੋਸ਼ ਵੀ ਕਹੀ ਜਾਓ ਉਹ ਹੱਸ ਕੇ ਸਾਰ ਦਿੰਦਾ ਆ ਅਸੀਂ ਇਸ ਲਈ ਉਹਨੂੰ ਨਿੱਗੇ ਸੁਭਾਅ ਦਾ ਕਹਿੰਦੇ ਆ ਵੀ ਜੇ ਕੋਈ ਤਲਖੀ ਵਾਲੀ ਗੱਲ ਹੋਈ ਕੋਈ ਗੁੱਸੇ ਨਰਾਜਗੀ ਵਾਲੀ ਗੱਲ ਹੋਈ ਉਹਨੇ ਉਹਦੇ ਵਿੱਚ ਵੀ ਕੋਈ ਰਿਐਕਟ ਨਹੀਂ ਕਰਨਾ ਉਹਨੇ ਕੋਈ ਉਹਦੇ 'ਚ ਆਪਣਾ ਪ੍ਰਭਾਵ ਨਹੀਂ ਦੇਣਾ ਅਰ ਜੇ ਕੋਈ ਬਹੁਤ ਠੰਡੀ ਗੱਲ ਆ ਉਹਦੇ ਵਿੱਚ ਵੀ ਉਹਨੇ ਕੋਈ ਬਾਲਾ ਆਪਣਾ ਜਿਹੜਾ ਆ ਰੋਲ ਪਲੇ ਨਹੀਂ ਕਰਨਾ ਪਰ ਉਹਨੇ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਉਹ ਉਹਨਾਂ ਨੂੰ ਬੈਲੈਂਸ ਜਿਹਾ ਹੀ ਰੱਖਦਾ ਆ ਤੁਹਾਨੂੰ ਪਤਾ ਇਹ ਸੁਭਾ ਜਿਹੜਾ ਆ ਕਈ ਵੀ ਮਨੁੱਖਾਂ ਦੇ ਲਈ ਖਤਰਨਾਕ ਹੋ ਜਾਂਦਾ ਹੈ ਮੈਨੂੰ ਪਤਾ ਨਹੀਂ ਆ ਸਰੀਰਕ ਤੌਰ ਤੇ ਕਿੱਦਾਂ ਜਾਂਦਾ ਆ ਪਰ ਆਤਮਿਕ ਤੌਰ ਤੇ ਜਿਹੜਾ ਨਿੱਗਾ ਸੁਭਾਅ ਆ ਉਹ ਇੰਨਾ ਸਹੀ ਨਹੀਂ ਆ ਕਿਉਂਕਿ ਵਿਅਰੀ ਤੁਹਾਡੇ ਨਾਲ ਕੁਛ ਵੀ ਕਰੀ ਜਾਏ ਤੇ ਤੁਸੀਂ ਉਹਦੇ ਨਾਲ ਐਡਜਸਟ ਕਰੀ ਜਾਓ ਇਹ ਕੋਈ ਸਹੀ ਗੱਲ ਨਹੀਂ ਹੈਗੀ ਤੁਸੀਂ ਉਹਦੇ ਕੰਮਾਂ ਦੇ ਵਿੱਚ ਸ਼ਾਮਲ ਹੋਈ ਜਾਓ ਦੁਸ਼ਟ ਦੇ ਕੰਮਾਂ ਦੇ ਵਿੱਚ ਇਹ ਸਹੀ ਨਹੀਂ ਜਾਂਦਾ ਤੁਸੀਂ ਦੁਸ਼ਟ ਦੇ ਕੰਮਾਂ ਦਾ ਵਿਰੋਧ ਨਾ ਕਰੋ ਖਰਾਬ ਕੰਮਾਂ ਦਾ ਵਿਰੋਧ ਨਾ ਕਰੋ ਇਹ ਸਹੀ ਨਹੀਂ ਜਾਂਦਾ ਤਾਂ ਇਸ ਲਈ ਜਿਹੜਾ ਲੂਕ ਵਾਰਮ ਨੇਚਰ ਆ ਜਿਹੜਾ ਕੋਸਾ ਕੋਸਾ ਸੁਭਾਅ ਆ ਨਿੱਗਾ ਸੁਭਾਅ ਆ ਆਤਮਕ ਮੈਂ ਆਤਮਿਕ ਸੁਭਾਅ ਦੀ ਗੱਲ ਕਰ ਰਹੀ ਹਾਂ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਅੱਜ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵੀ ਇਸ ਬਾਰੇ ਦੇ ਵਿੱਚ ਸਿੱਖ ਲੈਣਾ ਔਰ ਬਹੁਤ ਸਾਰੇ ਭੈਣਾ ਭਰਾਵਾਂ ਦੀ ਇੱਕ ਇਹ ਵੀ ਰਿਕੁਐਸਟ ਆ ਰਹੀ ਸੀਗੀ ਕਿ ਐਂਡ ਟਾਈਮ ਜਿਹੜੀਆਂ ਟੀਚਿੰਗਸ ਆਉ ਕਿਉਂ ਬੰਦ ਕੀਤੀਆਂ ਗਈਆਂ ਆ ਬੇਸ਼ੱਕ ਆਪਾਂ ਜੋ ਸਿੱਖ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਇਹਦਾ ਟਾਈਟਲ ਐਂਡ ਟਾਈਮ ਟੀਚਿੰਗਸ ਨਹੀਂ ਆ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਅੰਤਲੇ ਦਿਨਾਂ ਦੇ ਵਿੱਚ ਇੰਨਾਂ ਸਾਰੀਆਂ ਚੀਜ਼ਾਂ ਦੀ ਆਪਣੀ ਲਾਈਫ ਦੇ ਵਿੱਚ ਜ਼ਰੂਰਤ ਆ ਹਾਂ ਮੈਂ ਐਨ ਟਾਈਮ ਟੀਚਿੰਗਸ ਟਾਈਟਲ ਦੇ ਹੇਠ ਕੁਝ ਐਪੀਸੋਡ ਕੀਤੇ ਆ ਕਰਾਂਗੀ ਜ਼ਰੂਰ ਕਰਾਂਗੀ ਹੋਰ ਵੀ ਕਰਾਂਗੀ ਪਰ ਸੰਸਾਰ ਦੇ ਵਿੱਚ ਇੰਨੀਆਂ ਪਰੇਸ਼ਾਨੀਆਂ ਆਲਰੇਡੀ ਆ ਕਿ ਮੈਨੂੰ ਲੱਗਾ ਕਿ ਜਦੋਂ ਜੇ ਇਸ ਚੀਜ਼ ਦਾ ਨੇਮ ਐਨ ਟਾਈਮ ਟੀਚਿੰਗਸ ਮੈਂ ਕਰ ਰਹੀ ਸੀਗੀ ਉਹ ਬਹੁਤ ਸਾਰੇ ਲੋਕਾਂ ਨੂੰ ਭੈ ਪੀਤ ਕਰ ਰਿਆ ਸੀਗਾ ਇਸ ਲਈ ਮੈਂ ਉਹਦਾ ਨੇਮ ਐਨ ਟਾਈਮ ਟੀਚਿੰਗਸ ਜਿਹੜਾ ਨਹੀਂ ਰੱਖ ਕੇ ਆਪਾਂ ਰੈਗੂਲਰ ਡੇਲੀ ਬ੍ਰੈਡ ਜਿਹੜਾ ਹੈ ਉਹਨੂੰ ਆਪਾਂ ਇਹਨੂੰ ਡੇਲੀ ਬ੍ਰੈਡ ਕਹਿ ਸਕਦੇ ਹਾਂ ਰੋਜ਼ ਦੀ ਰੋਟੀ ਕਹਿ ਸਕਦੇ ਹਾਂ ਸਪਿਰਚੁਅਲ ਡੇਲੀ ਬ੍ਰੈਡ ਕਹਿ ਸਕਦੇ ਆਤਮਕ ਮੰਨਾ ਆਤਮਕ ਰੋਜ਼ ਦੀ ਰੋਟੀ ਤਾਂ ਅਸੀਂ ਉਹ ਹੀ ਸਾਰੀਆਂ ਚੀਜ਼ਾਂ ਡੀਅਰ 브ਦਰਸ ਐਂਡ ਸਿਸਟਰਸ ਕਰ ਰਹੇ ਹਾਂ ਜਿਹਦੀ ਸਾਨੂੰ ਅੰਤਲੇ ਸਮੇਂ 'ਚ ਜ਼ਰੂਰਤ ਹੈ ਤੌਬਾ ਕਰਨ ਦੀ ਸਾਨੂੰ ਅੰਤਲੇ ਸਮੇਂ 'ਚ ਜ਼ਰੂਰਤ ਹੈ ਸਾਨੂੰ ਤਕੜੇ ਹੋਣ ਦੀ ਅੰਤਲੇ ਸਮੇਂ 'ਚ ਜ਼ਰੂਰਤ ਹੈ ਆਪਣੇ ਰਿਸ਼ਤੇ ਨੂੰ ਪਰਮੇਸ਼ਵਰ ਦੇ ਨਾਲ ਮਜ਼ਬੂਤ ਕਰ ਸਕੇ ਇਹ ਅੰਤਲੇ ਸਮੇਂ ਦੀ ਸਭ ਤੋਂ ਫਰਸਟ ਜ਼ਰੂਰਤ ਆ ਔਰ ਜਿਹੜੀਆਂ ਚੀਜ਼ਾਂ ਸੀ ఎవਰੀ ਡੇ ਸਿੱਖ ਰਹੇ ਆ ਅਗਰ ਉਹ ਸਾਡੀ ਲਾਈਫ ਦੇ ਵਿੱਚ ਨਹੀਂ ਆ ਤਾਂ ਐਂਡ ਟਾਈਮ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਦੈਟਸ ਵਾਈ ਇੱਕ ਸੌਫਟ ਟਾਈਟਲ ਦੇ ਹੇਠ ఎవਰੀ ਡੇ ਤੁਸੀਂ ਐਂਡ ਟਾਈਮ ਟੀਚਿੰਗਸ ਨੂੰ ਲੈ ਰਹੇ ਆ ਹਾਂ ਬਹੁਤ ਭਿਆਨਕ ਚੀਜ਼ਾਂ ਜਿਹੜੀਆਂ ਆ ਉਹ ਹੋਣ ਵਾਲੀਆਂ ਆ ਔਰ ਤੁਸੀਂ ਫੇਵਰਿਟ ਫਰਵਰੀ ਲਾਸਟ ਕਹਿ ਸਕਦੇ ਆ ਜਦ ਤੁਸੀਂ ਮਾਰਚ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਜਿਹੜਾ ਆ ਹੁੰਦਿਆਂ ਦੇਖਣਾ ਸ਼ੁਰੂ ਕਰਦੇ ਹੋਗੇ ਲੜਾਈਆਂ ਦੀਆਂ ਆਵਾਜ਼ਾਂ ਪਲੇਨ ਕ੍ਰੈਸ਼ ਐਂਡ ਹੋਰ ਜਿਦਾਂ ਰੇਲ ਦੁਰਘਟਨਾਵਾਂ ਤੁਸੀਂ ਜੇ ਤੁਸੀਂ ਰੈਗੂਲਰ ਵਿਊਅਰ ਰੈਗੂਲਰ ਲਿਸਨਰਸ ਜਾਂ ਨਿਰੰਤਰ ਦੇਖਣ ਵਾਲੇ ਨਿਰੰਤਰ ਸੁਣਨ ਵਾਲੇ ਪਰਮੇਸ਼ਵਰ ਦੀ ਦਾਸੀ ਦੇ ਦੁਆਰਾ ਬੋਲੇ ਹੋਏ ਵਚਨਾਂ ਨੂੰ ਅਗਰ ਤੁਸੀਂ ਕੰਟੀਨਿਊਸਲੀ ਸੁਣਦੇ ਆ ਤੇ ਤੁਸੀਂ ਲਾਸਟ ইয়ার ਦੇ ਐਂਡ ਦੇ ਵਿੱਚ ਜਿਹੜੇ ਪ੍ਰਚਾਰ ਕੀਤੇ ਗਏ ਸੀ ਉਹਨਾਂ ਦੇ ਵਿੱਚ ਵੀ ਸੁਣਿਆ ਹੋਊਗਾ ਕਿ ਜਿਹੜਾ 2022 ਸਾਲ ਆ ਇਹ ਸਪਿਰਚੁਅਲ ਗਰੋਥ ਦਾ ইয়ার ਆ ਸਿਰਫ ਮਸੀਹ ਲੋਕਾਂ ਦੇ ਲਈ ਮੈਂ ਕਹਿ ਰਹੀ ਆ ਮੈਨੂੰ ਹੋਰ ਕਿਸੇ ਦੇ ਨਾਲ ਨਹੀਂ ਮੈਂ ਉਹਨਾਂ ਨੂੰ ਕੁਝ ਵੀ ਸੁਜੈਸਟ ਨਹੀਂ ਕਰਨਾ ਚਾਹੁੰਦੀ ਪਰ ਮੈਂ ਸਿਰਫ 크ਿਸਚIANS ਜਿਹੜੇ ਆ ਉਹਨਾਂ ਦੇ ਲਈ ਕਹਿ ਰਹੀ ਆ ਮਸੀਹੀ ਲੋਕਾਂ ਦੇ ਲਈ ਕਹਿ ਰਹੀ ਆ 2022 ਜਿਹੜਾ ਸਾਲ ਆ ਉਹ ਤੁਹਾਡੀ ਸਪਿਰਚੁਅਲ ਗਰੋਥ ਦਾ ਸਾਲ ਆ ਅਰ ਅੱਜ ਦੀ ਤਰੀਕ ਪਾ ਕੇ ਤੁਸੀਂ ਨੋਟਿਸ ਕਰ ਲਿਓ 2023 ਸਾਲ ਅਨਕੰਫਰਟੇਬਲ ਇਅਰ ਆ ਸੁਖ ਦਾ ਸਾਲ ਨਹੀਂ ਆ ਬੇਸ਼ੱਕ ਪਿਛਲੇ ਦੋ ਦੋ ਸਾਲ ਜਿਹੜੇ ਆ ਉਹ ਦੁੱਖ ਦੇ ਨਿਕਲੇ ਆ ਲੋਕਾਂ ਨੇ ਬਹੁਤ ਸਰਵਾਈਵ ਕੀਤਾ ਆ ਪਰ ਜਿਹੜਾ 2023 ਸਾਲ ਆ ਜਿਹੜਾ ਆਉਣ ਵਾਲਾ ਆ ਉਹ ਇੱਕ ਦੁੱਖ ਦਾ ਸਾਲ ਆ ਸਿਰਫ ਦੁਨੀਆ ਦੇ ਲਈ ਨਹੀਂ ਸੰਸਾਰਿਕ ਲੋਕਾਂ ਦੇ ਲਈ ਨਹੀਂ ਪਰ ਬਹੁਤ ਸਾਰੇ ਮਸੀਹੀ ਲੋਕਾਂ ਦੇ ਲਈ ਵੀ ਉਹ ਦੁੱਖ ਦਾ ਸਾਲ ਆ ਪੂਰਾ ਇੱਕ ਸਾਲ ਪਹਿਲਾਂ ਅੱਜ ਪਰਮੇਸ਼ਵਰ ਦੀ ਦਾਸੀ ਤੁਹਾਨੂੰ ਇਹ ਜਿਹੜਾ ਵਚਨ ਆ ਇਹ ਦੱਸ ਰਹੀ ਆ ਜੋ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਉੱਤੇ ਜਿਹੜਾ ਆ ਇਹਦਾ ਪ੍ਰਕਾਸ਼ ਕੀਤਾ ਗਿਆ ਪਰਮੇਸ਼ਵਰ ਨੇ ਪਾਇਆ ਮੇਰੇ ਮਨ ਦੇ ਅੰਦਰ ਅਰ ਮੈਂ ਬਹੁਤ ਸਾਰੇ ਪਾਸਟਰਸ ਦੇ ਨਾਲ ਬਹੁਤ ਸਾਰੇ ਕ੍ਰਿਸਚੀਅਨ ਫਰੈਂਡਸ ਜਿਹੜੇ ਮੇਰੇ ਸਰਕਲ ਦੇ ਵਿੱਚ ਆ ਪ੍ਰੇਅਰ ਵਾਰੀਅਰਸ ਜਿਹੜੇ ਆ ਉਹਨਾਂ ਦੇ ਨਾਲ ਪ੍ਰਾਰਥਨਾ ਜੋਧਿਆਂ ਦੇ ਨਾਲ ਜਿਹੜੇ ਆ ਉਹਨਾਂ ਦੇ ਨਾਲ ਇਹਨੂੰ ਸ਼ੇਅਰ ਕੀਤਾ ਆ ਕੀ ਪੀਟ ਇਨ ਯੋਰ ਪ੍ਰੇਅਰਸ ਪਲੀਜ਼ ਤੁਸੀਂ ਇਹਨੂੰ ਆਪਣੀ ਪ੍ਰਾਰਥਨਾ ਦੇ ਵਿੱਚ ਰੱਖਿਓ ਕਿਉਂਕਿ ਜੇ ਅਸੀਂ ਤੌਬਾ ਕਰੀਏ ਤਾਂ ਪਰਮੇਸ਼ਵਰ ਦਾ ਜਿਹੜਾ ਫੈਸਲਾ ਆ ਉਹ ਡਿਲੇ ਵੀ ਹੋ ਸਕਦਾ ਆ ਔਰ ਬਦਲ ਵੀ ਸਕਦਾ ਕਿ ਬਿਕੋਜ਼ ਹੀ ਇਜ਼ ਸੌਫਟ ਹਾਰਟਿਡ ਫਾਦਰ ਹੈਵਨਲੀ ਫਾਦਰ ਉਹ ਬਹੁਤ ਨਰਮ ਦਿਲ ਸਵਰਗੀ ਪਿਤਾ ਆ ਤਾਂ ਮੈਂ ਐਨ ਟਾਈਮ ਟੀਚਿੰਗ ਦੇ ਵਿੱਚ ਕੁਝ ਚੀਜ਼ਾਂ ਦਸੀਆਂ ਕੁਝ ਰੈਗੂਲਰ ਪ੍ਰੀਚਿੰਗਸ ਦੇ ਵਿੱਚ ਦਸੀਆਂ ਆ ਤੁਸੀਂ ਅਗਰ ਤੁਸੀਂ ਉਸ ਚੀਜ਼ ਦਾ ਨਮੂਨਾ ਲੈਣਾ ਚਾਹੋ ਤੇ ਠੰਡੇ ਦੇ ਬਾਰੇ ਵਿੱਚ ਦੱਸਿਆ ਗਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਆ ਉਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਡੇਢ ਕ ਮਹੀਨਾ ਪਹਿਲਾਂ ਦੀ ਨਿਊਜ਼ ਦੇਖੀ ਹੋਏ ਤਾਂ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੀ ਘਟਨਾਈ ਆ ਕਿ ਉੱਥੇ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਵਿੱਚ ਬੈਠੇ ਹੋਏ ਲੋਕੀ ਫ੍ਰੀਜ਼ ਹੋ ਗਏ ਜੰਮ ਗਏ ਜਾਂ ਮਰ ਗਏ ਇੰਨੀ ਠੰਡ ਉੱਥੇ ਪਈ ਹਜ਼ਾਰਾਂ ਲੋਕੀ ਜਿਹੜੇ ਆ ਉਹ ਬਰਫ਼ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਹੈਲੀਕਾਪਟਰਾਂ ਦੇ ਰਾਈ ਰੈਸਕਿਊ ਕੀਤਾ ਗਿਆ ਉਹਨਾਂ ਦਾ ਔਰ ਬਹੁਤ ਸਾਰੇ ਲੋਕ ਮਰੇ ਤੁਹਾਨੂੰ ਪਤਾ ਜਦੋਂ ਇਦਾਂ ਦੀਆਂ ਹੈਪਨਿੰਗਸ ਹੁੰਦੀਆਂ ਬਹੁਤ ਜ਼ਿਆਦਾ ਲੋਕੀ ਮਰਦੇ ਆ ਪਰ ਦੱਸਿਆ ਉਹਨਾਂ ਨਹੀਂ ਜਾਂਦਾ ਜਿੰਨਾ ਨੁਕਸਾਨ ਹੁੰਦਾ ਆ ਤਾਂ ਜੋ ਲੋਕੀ ਘਬਰਾ ਨਾ ਜਾਣ ਇਸ ਲਈ ਆਲਰੇਡੀ ਸੁਣਨ ਨੂੰ ਇੰਨਾ ਕੋਸ਼ਿਸ਼ ਹੈ ਤੁਹਾਡੇ ਕੋਲੇ ਕਿ ਤੁਸੀਂ ਪਰਮੇਸ਼ਵਰ ਦੇ ਅੰਤਲੇ ਸਮੇਂ ਦੇ ਨਿਸ਼ਾਨਾਂ ਨੂੰ ਸਮਝ ਸਕੋ ਤੇ ਮੈਂ ਕੋਸ਼ਿਸ਼ ਕਰਦੀ ਕਿ ਇੱਕਦਮ ਸਾਰਾ ਕੁਝ ਜਿਹੜਾ ਉਹਨੂੰ ਐਕਸਪਲੇਨ ਨਾ ਕੀਤਾ ਜਾਏ ਔਰ ਫਿਰ ਵੀ ਉਹ ਟਾਈਮ ਜਿੱਦਾਂ ਜਿੱਦਾਂ ক্লোਜ਼ ਹੁੰਦਾ ਆ ਤਾਂ ਮੇਰੀ ਪੂਰੀ ਕੋਸ਼ਿਸ਼ ਆ ਕਿ ਆਪਾਂ ਉਹ ਉਹ ਚੀਜ਼ ਨੂੰ ਵੀ ਹਰ ਰੋਜ਼ ਇੱਕ ਕਰਕੇ ਜਾਂ ਦੂਜੇ ਤੀਜੇ ਦਿਨ ਇੱਕ-ਇੱਕ ਕਰਕੇ ਉਹਨੂੰ ਜਿਹੜਾ ਆ ਚਲਦੇ ਬਚਨ ਦੇ ਵਿੱਚ ਸ਼ੇਅਰ ਕੀਤਾ ਜਾਏ ਕਿਉਂਕਿ ਸਮਝਦਾਰ ਦੇ ਲਈ ਤਾਂ ਇਸ਼ਾਰਾ ਹੀ ਕਾਫੀ ਆ ਔਰ ਤੁਸੀਂ ਜਰੂਰ ਉਹਨਾਂ ਚੀਜ਼ਾਂ ਤੋਂ ਸਿੱਖਦੇ ਰਹੋਗੇ ਆਪਣੇ ਬੱਚਿਆਂ ਦੇ ਲਈ ਤੁਸੀਂ ਫਿਕਰਮੰਦ ਹੋਮੋ ਚਿੰਤਾ ਨਾ ਕਰੋ ਫਿਕਰਮੰਦ ਹੋਵੋ ਫਿਕਰਮੰਦ ਹੋਣਾ ਮਤਲਬ ਉਹਨਾਂ ਦੇ ਲਈ ਤੁਸੀਂ ਕੇਅਰਫੁਲ ਹੋਵੋ ਪਰਮੇਸ਼ਵਰ ਦਾ ਆਤਮਾ ਇਸ ਗੱਲ ਦੇ ਵਿੱਚ ਤੁਹਾਡੀ ਅਗਵਾਈ ਕਰੇ ਅਰ ਪ੍ਰਾਰਥਨਾ ਕਰਿਓ ਕਿ ਪਰਮੇਸ਼ਵਰ ਦਾ ਆਤਮਾ ਇਸ ਰੀਜ਼ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦਾ ਹੈ ਕਿਉਂਕਿ ਮੈਂ ਖੁੱਲਕੇ ਤੁਹਾਨੂੰ ਨਹੀਂ ਦੱਸ ਸਕਦੀ YouTube ਦੇ ਉੱਤੇ ਇਹ ਚੈਨਲ ਬੰਦ ਕੀਤਾ ਜਾ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਇਹੀ ਰੀਜ਼ਨ ਹੈ ਕਿ ਉਹ ਨਹੀਂ ਐਕਸਪਲੇਨ ਕੀਤੀਆਂ ਜਾ ਸਕਦੀਆਂ ਕਿਉਂਕਿ ਅਗਰ ਅਸੀਂ ਉਹ ਨਾ ਚੀਜ਼ਾਂ ਨੂੰ ਇਹਦੇ ਤੇ ਐਕਸਪਲੇਨ ਕਰਾਂਗੇ ਉਹ ਚੈਨਲ ਨੂੰ ਬੰਦ ਕਰਨਗੇ ਔਰ ਫਿਰ ਗੋਸਪਲ ਪ੍ਰੀਚ ਕਰਨ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਆ ਉਹ ਰੈਗੂਲਰ ਬ੍ਰੈਡ ਜਿਹੜੀ ਆਪਾਂ ਹੈਵਨਲੀ ਬ੍ਰੈਡ ਲੈਣੇ ਆ ਸਵਰਗੀ ਰੋਟੀ ਪਰਮੇਸ਼ਵਰ ਦੀ ਹਜ਼ੂਰੀ ਚੋਂ ਖਾਣੇ ਆ ਫਿਰ ਉਹਦੇ ਲਈ ਵੀ ਸਾਨੂੰ ਜਿਹੜਾ ਐਵਰੀ ਡੇ ਤੁਹਾਨੂੰ ਮਾਰਨਿੰਗ ਨੂੰ ਇਹ ਮਿਲਦਾ ਆ ਵਚਨ ਫਿਰ ਉਹ ਪ੍ਰੋਬਲਮ ਆ ਸਕਦੀ ਆ ਬੇਸ਼ੱਕ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਤੁਸੀਂ ਪੁੱਛਦੇ ਆ ਕੁਝ ਚੀਜ਼ਾਂ ਜਿਹੜੀਆਂ ਭਿਆਨਕ ਆ ਡਰਾਉਣੀਆਂ ਆ ਅਸੀਂ ਜਾਣਦੇ ਹਾਂ ਉਹਨਾਂ ਦੇ ਬਾਰੇ ਵਿੱਚ ਕਿ ਤੁਹਾਨੂੰ ਉਹਦੇ ਬਾਰੇ ਵਿੱਚ ਕੀ ਦੱਸਿਆ ਜਾਏ ਪਰ ਅਸੀਂ ਇਹਨਾਂ ਚੈਨਲਸ ਦੇ ਉੱਤੇ ਉਹਨਾਂ ਨੂੰ ਨਹੀਂ ਅਸੀਂ ਬੋਲ ਸਕਦੇ ਸੋ ਟੂ ਬੀ ਕੇਅਰਫੁਲ ਆਪਣੇ ਲਈ ਵਿਸ਼ੇਸ਼ ਤੌਰ ਤੇ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਚ ਰੱਖੋ ਆਪਣੇ ਬੱਚਿਆਂ ਨੂੰ ਬਾਕੀ ਮਰਕਸ 16 ਦੇ ਵਿੱਚ ਲਿਖਿਆ ਹੀ ਆ ਜੇ ਤੂੰ ਜ਼ਹਿਰ ਵੀ ਪੀ ਲਏ ਤਾਂ ਤੇਰਾ ਕੁਝ ਨਹੀਂ ਵਿਛਲੂਗਾ ਪਰ ਮੈਂ ਤੁਹਾਨੂੰ ਕਹਿੰਦੀ ਖੁਸ਼ੀ ਦੇ ਨਾਲ ਨਹੀਂ ਚਾਹ ਦੇ ਨਾਲ ਨਹੀਂ ਕਿ ਤੁਹਾਨੂੰ ਪਤਾ ਹੋਏ ਕਿ ਜ਼ਹਿਰ ਆ ਤੁਸੀਂ ਪੀ ਲੋ ਤੇ ਫਿਰ ਤੁਸੀਂ ਇਸ ਸ਼ਬਦ ਨੂੰ ਬੋਲੋ ਕਦੀ ਮਜਬੂਰੀ ਦੇ ਵਿੱਚ ਜਾਂ ਕੋਈ ਧੋਖੇ ਨਾਲ ਤੁਹਾਨੂੰ ਜ਼ਹਿਰ ਦੇ ਰਿਹਾ ਆ ਤਾਂ ਉਹ ਜ਼ਹਿਰ ਤੁਹਾਡੇ ਅੰਦਰ ਚਲਾ ਜਾਏ ਪਰ ਤੁਸੀਂ ਹੋਮੋ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਰਹਿਣ ਵਾਲੇ ਇਨਸਾਨ ਤਾਂ ਉਹ ਜ਼ਹਿਰ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ ਹallelujah ਮੈਂ ਯਕੀਨ ਕਰਦੀ ਪਰਮੇਸ਼ਵਰ ਦਾ ਆਤਮਾ ਤੁਹਾਡੀ ਅਗਵਾਈ ਕਰੇਗਾ ਇਹ ਸਾਰੀ ਗੱਲ ਸਮਝਣ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਮਨ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਦੇ ਰਿਹਾ ਆ ਉਹਨੂੰ ਸੁਣਨ ਦੀ ਕੋਸ਼ਿਸ਼ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਜ਼ਰੂਰ ਸਮਝ ਜਾਓਗੇ ਅਗਰ ਤੁਸੀਂ ਰੈਗੂਲਰ ਸੁਣਨ ਵਾਲੇ ਆ ਇੰਨੀ ਕੁ ਤਾਂ ਤੁਹਾਡੀ ਪ੍ਰੈਕਟਿਸ ਜ਼ਰੂਰ ਹੋ ਗਈ ਹੋਊਗੀ ਕਿ ਤੁਸੀਂ پاکਰੂ ਦੀ ਆਵਾਜ਼ ਨੂੰ ਸੁਣਨਾ ਸਿੱਖ ਸਕੋ ਫਿਰ ਇਸ ਤੋਂ ਵੀ ਜ਼ਿਆਦਾ ਤੁਸੀਂ ਚਾਹੁੰਦੇ ਆ ਕਿ ਤੁਸੀਂ پاک ਰੂਹ ਦੀ ਆਵਾਜ਼ ਨੂੰ ਸੁੰਣਾ ਸਿੱਖ ਸਕੋ ਤੇ ਐਵਰੀ ਸੈਟਰਡੇ ਐਵਰੀ ਸੈਟਰਡੇ ਸਿਰਫ ਉਹਨਾਂ ਲੋਕਾਂ ਦੇ ਲਈ ਨਾਈਟ ਪ੍ਰੇਅਰ ਸੈਸ਼ਨ ਹੁੰਦਾ ਆ ਜਿਹੜੇ پاک ਰੂਹ ਦੀ ਆਵਾਜ਼ ਨੂੰ ਸੁੰਣਾ ਸਿੱਖਣਾ ਚਾਹੁੰਦੇ ਆ ਜਿਹੜੇ ਪਵਿੱਤਰ ਆਤਮਾ ਦੇ ਨਾਲ ਗੱਲ ਕਰਨਾ ਸਿੱਖਣਾ ਚਾਹੁੰਦੇ ਆ ਜਿਹੜੇ ਸੁਪਰਨੈਚੁਰਲ ਰੈਲਮ ਦੇ ਵਿੱਚ ਐਂਟਰ ਕਰਨਾ ਸਿੱਖਣਾ ਚਾਹੁੰਦੇ ਆ ਸੁਪਰਨੈਚੁਰਲ ਨੂੰ ਸਮਝਣਾ ਚਾਹੁੰਦੇ ਆ ਦੇਖਣਾ ਚਾਹੁੰਦੇ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਫੀਲ ਕਰਨਾ ਚਾਹੁੰਦੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਗੱਲ ਕਿੱਦਾਂ ਕੀਤੀ ਜਾ ਸਕਦੀ ਉਹ ਸਾਰੀਆਂ ਅਲੌਕਿਕ ਚੀਜ਼ਾਂ ਸੁਪਰਨੈਚੁਰਲ ਚੀਜ਼ਾਂ ਜਿਹੜੀਆਂ ਇਨਵੀਜ਼ੀਬਲ ਆ ਉਹਨਾਂ ਦੇ ਬਾਰੇ ਵਿੱਚ ਉਹ ਪ੍ਰੈਕਟਿਸ ਕਰਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਸਿਰਫ ਉਹਨਾਂ ਲੋਕਾਂ ਦੇ ਲਈ ਦੁਖੀਆਂ ਤੇ ਬਿਮਾਰਾਂ ਦੇ ਲਈ ਐਤਵਾਰ ਤੇ ਵੀਰਵਾਰ ਨੂੰ ਰੈਗੂਲਰ ਪ੍ਰੇਅਰ ਸੈਸ਼ਨਸ ਚੱਲਦੇ ਆ ਪਰ ਸਿਰਫ ਉਹਨਾਂ ਦੇ ਲਈ ਜਿਹੜਾ ਸੁਪਰਨੈਚੁਰਲ ਨੂੰ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਉਨ੍ਹਾਂ ਦੇ ਲਈ ਸੈਟਰਡੇ ਨਾਈਟ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਦ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਖੋਜੇਵਾਲਾ ਦੇ ਵਿੱਚ ਜਿਹੜਾ ਆ ਉਹ ਵਿਸ਼ੇਸ਼ ਪ੍ਰੇਅਰ ਸੈਸ਼ਨ ਹੁੰਦਾ ਆ ਤੁਸੀਂ ਉਹਦੇ ਵਿੱਚ ਆ ਸਕਦੇ ਆ ਇਫ ਪੋਸੀਬਲ ਤੁਸੀਂ ਆ ਸਕਦੇ ਆ ਖਾਣੇ ਦਾ ਇੰਤਜ਼ਾਮ ਆ ਰਹਿਣੇ ਦਾ ਇੰਤਜ਼ਾਮ ਆ ਨੈਕਸਟ ਡੇ ਬ੍ਰੇਕਫਾਸਟ ਦਾ ਇੰਤਜ਼ਾਮ ਆ ਸਰਵਿਸ ਅਟੈਂਡ ਕਰਕੇ ਚਰਚ ਦੇ ਵਿੱਚੋਂ ਤੁਸੀਂ ਫਿਰ ਜਾ ਸਕਦੇ ਆ ਆਪਣੇ ਲਈ ਪ੍ਰਾਰਥਨਾ ਕਿੱਦਾਂ ਕਰਨੀ ਤੁਸੀਂ ਉਹ ਚੋਂ ਸਿੱਖ ਸਕਦੇ ਆ ਕਿਸੇ ਲਈ ਪ੍ਰਾਰਥਨਾ ਕਿਦਾਂ ਕਰਨੀ ਤੁਸੀਂ ਸਿੱਖ ਸਕਦੇ ਆ ਇਸ ਹਨੇਰੇ ਵਾਲੇ ਸੰਸਾਰ ਦੇ ਵਿੱਚ ਚਮਕਣਾ ਕਿਦਾਂ ਤੁਸੀਂ ਸਿੱਖ ਸਕਦੇ ਆ ਮੈਨੀ ਮੋਰ ਥਿੰਗਸ ਜਿਹੜੀਆਂ ਸੁਪਰਨੈਚੁਰਲ ਆ ਵੈਰੀ ਸਪਿਰਚੁਅਲ ਆ ਅਰ ਪਰਮੇਸ਼ਵਰ ਦੇ ਮਨ ਨੂੰ ਪਾਉਂਦੀਆਂ ਗੱਲਾਂ ਆ ਉਹ ਤੁਸੀਂ ਸਿੱਖ ਸਕਦੇ ਆ ਇਹ ਤੁਹਾਡੇ ਕੋਲ ਇੱਕ ਗੋਲਡਨ ਓਪਰਚ्युनिटी ਆ ਅਰ ਵਚਨ ਦੇ ਵਿੱਚ ਲਿਖਿਆ ਸਮਾਂ ਜਿਹੜਾ ਆ ਉਹ ਬਹੁਤ ਭਿਆਨਕ ਆ ਇਹਨੂੰ ਆਪਣੇ ਲਈ ਲਾਭਕਾਰੀ ਬਣਾ ਲਓ ਸੋ ਤੁਹਾਡੇ ਕੋਲੇ ਚਾਂ ਸਕੇ ਤੁਸੀਂ ਬਣਾ ਸਕੋ ਅਗਰ ਤੁਸੀਂ ਵਿਦੇਸ਼ ਦੇ ਵਿੱਚੋਂ ਦੇਖ ਰਹੇ ਆਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਭੈਣ ਭਰਾ ਜਿਹੜਾ ਆ ਉਹਨੂੰ ਚਾਹੀਦਾ ਹੈ ਸੈਸ਼ਨ اٹੈਂਡ ਕਰਨਾ ਤੁਸੀਂ ਉਹਨੂੰ ਰეკਮੈਂਡ ਕਰ ਸਕਦੇ ਹੋ ਆ ਸਕਦਾ ਹੈ ਤਾਂ ਪਰਮੇਸ਼ਰ ਉਹਦੇ ਉੱਤੇ ਅਨੁਗ੍ਰਹਿ ਕਰਨ ਪਰਮੇਸ਼ਰ ਉਹਨੂੰ ਬਰਕਤ ਦੇਣ ਤੇ ਅੱਜ ਆਪਾਂ ਨੀਮ ਗਰਮ ਦੇ ਬਾਰੇ ਵਿੱਚ ਕੋਸੇ ਕੋਸੇ ਦੇ ਬਾਰੇ ਵਿੱਚ ਸਿੱਖਣਾ ਥੋੜਾ ਸਿੱਖ ਲੂਗੇ ਕਿਉਂਕਿ ਆਪਾਂ ਹੋਰ ਇੱਕ ਵਿਸ਼ੇ ਦੇ ਵੱਲ ਨੂੰ ਚਲੇ ਗਏ ਸੀਗੇ ਤਾਂ ਅਸੀਂ ਦੇਖਦੇ ਹਾਂ ਬੁੱਕ ਆਫ ਰੈਵਿਲੇਸ਼ਨ ਦੇ ਵਿੱਚੋਂ ਪ੍ਰਕਾਸ਼ਿਤ ਵਾਕਿਆ ਦੇ ਵਿੱਚੋਂ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ 3 ਨੰਬਰ ਅਧਿਆਏ ਚੈਪਟਰ ਨੰਬਰ 3 3 ਨੰਬਰ ਜੋ ਲੈਸਨ ਹੈ ਉਸ ਵਿੱਚੋਂ ਅੱਛਾ ਇੱਥੇ ਲਿਖਿਆ ਸਰਦੀਸ ਦੀ ਕਲੀਸਿਆ ਦੇ ਦੂਤ ਨੂੰ ਐਂ ਲਿਖ ਭਈ ਜਿਹਦੇ ਕੋਲ ਸੱਤ ਆਤਮੇ ਪਰਮੇਸ਼ਵਰ ਦੇ ਅਤੇ ਸੱਤ ਤਾਰੇ ਹਨ ਉਹ ਇਹ ਆਖਦਾ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਕਹਾ ਹੁੰਦਾ ਅਤੇ ਹੈ ਮੁਰਦਾ ਇੱਥੇ ਇਸ ਪੂਰੀ ਵਰਡਸ ਦੇ ਵਿੱਚ ਵਨ ਆਫ ਦਾ ਡੇਂਜਰਸ ਜਿਹੜਿਆ ਜਿਹੜਾ ਹੁਕਮ ਆ ਜਾਂ ਜੋ ਕਿਹਾ ਗਿਆ ਆ ਉਹ ਉਹ ਕੀ ਆ ਤੂੰ ਜਿਉਂਦਾ ਕਹਾਉਂਦਾ ਆ ਪਰ ਹੈ ਤੂੰ ਮਰਦਾ ਤੈਨੂੰ ਇਕਤਿਆਰ ਵਾਲਾ ਕਹਿ ਰਿਹਾ ਆ ਕਿ ਤੂੰ ਆਪਣੇ ਆਪ ਨੂੰ ਜਿਉਂਦਾ ਕਹਾਉਂਦਾ ਆ ਪਰ ਹੈ ਤੂੰ ਮਰਦਾ ਤੈਨੂੰ ਲੱਗਦਾ ਆ ਕਿ ਤੂੰ ਜਿਉਂਦਾ ਆ ਲੋਕਾਂ ਨੂੰ ਲੱਗਦਾ ਆ ਕਿ ਤੂੰ ਜਿਉਂਦਾ ਆ ਪਰ ਤੂੰ ਆਤਮਿਕ ਤੌਰ ਤੇ ਮਰਿਆ ਹੋਇਆ ਆ ਅੱਜ ਬਹੁਤ ਸਾਰੇ ਕ੍ਰਿਸਚੀਅਨਸ ਏਹ ਜਿਨ੍ਹਾਂ ਨੂੰ ਲੱਗਦਾ ਕਿ ਉਹ ਜਿਉਂਦੇ ਆ ਬਟ ਦੇ ਆਰ ਡੈਡ ਉਹ ਮਰੇ ਹੋਏ ਆ ਬਟ ਦੇ ਥਿੰਕ ਦੇ ਆਰ ਅਲਾਈਵ ਉਹਨਾਂ ਨੂੰ ਲੱਗਦਾ ਸੀ ਜੀਂਦੇ ਆ ਪਰ ਨਹੀਂ ਉਹ ਮਰੇ ਹੋਏ ਆ ਆਤਮਾ ਦੇ ਵਿੱਚ ਮਰੇ ਹੋਏ ਆ ਜ਼ਮੀਰ ਦੇ ਵਿੱਚ ਮਰੇ ਹੋਏ ਆ ਗਿਆਨ ਦੇ ਵਿੱਚ ਮਰੇ ਹੋਏ ਆ ਆਪਣੇ ਆਚਰਣ ਦੇ ਵਿੱਚ ਮਰੇ ਹੋਏ ਆ ਆਪਣੇ ਅੰਧਕਰਣ ਦੇ ਵਿੱਚ ਮਰੇ ਹੋਏ ਆ ਕਲੀਅਰ ਕੌਂਸ਼ੀਅਨੈਸ ਦੇ ਵਿੱਚ ਉਹ ਜਿਹੜੇ ਆ ਉਹ ਮਰੇ ਹੋਏ ਆ ਅੱਜ ਉਹਨਾਂ ਦੇ ਨਾਲ ਪਰਮੇਸ਼ਵਰ ਦਾ ਆਤਮ ਇਦਾਂ ਹੀ ਗੱਲ ਕਰਦਾ ਕਿ ਤੂੰ ਜਿਉਂਦਾ ਕਹੋਂਦਾ ਆ ਪਰ ਤੂੰ ਹੈ ਮੁਰਦਾ ਤੈਨੂੰ ਲੱਗਦਾ ਆ ਤੂੰ ਜਿਉਂਦਾ ਆ ਪਰ ਤੂੰ ਜਿਉਂਦਾ ਨਹੀਂ ਜਿਉਂਦਿਆਂ ਵਾਲੇ ਤੇਰੇ ਕੋਈ ਕੰਮ ਹੀ ਨਹੀਂ ਆ ਇੱਕ ਜਿਉਂਦੇ ਇਨਸਾਨ ਨੂੰ ਰੋਟੀ ਦੀ ਜ਼ਰੂਰਤ ਪੈਂਦੀ ਆ ਔਰ ਉਹਨੂੰ ਭੁੱਖ ਲੱਗਦੀ ਆ ਉਹ ਰੋਟੀ ਖਾਂਦਾ ਆ ਤੂੰ ਤਾਂ ਮਰਿਆ ਹੋਇਆ ਆ ਜਾਂ ਤੈਨੂੰ ਤਾਂ ਕਦੀ ਪ੍ਰਾਰਥਨਾ ਕਰਨ ਦੀ ਭੁੱਖ ਹੀ ਨਹੀਂ ਲੱਗਦੀ ਤੂੰ ਤਾਂ ਕਦੀ ਪ੍ਰਾਰਥਨਾ ਕਰਦਾ ਹੀ ਨਹੀਂ ਤੂੰ ਕਦੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਬੈਠਦਾ ਇੱਕ ਜੂੰਦਾ ਮਨੁੱਖ ਔਰ ਰਸੋਈ ਦੇ ਘੇੜੇ ਮਾਰਦਾ ਰਸੋਈ ਦੇ ਨੇੜੇ-ਨੇੜੇ ਤੁਰਿਆ ਫਿਰਦਾ ਪੁੱਛਦਾ ਵੀ ਖਾਣਾ ਬਣਿਆ ਅੱਜ ਖਾਣੇ 'ਚ ਕੀ ਬਣਿਆ ਅੱਜ ਮੈਂ ਫਲਾਨੀ ਚੀਜ਼ ਖਾਣਾ ਚਾਹੁੰਦਾ ਆ ਤੇਰੇ ਅੰਦਰ ਤਾਂ ਤੇਰਾ ਲਿਵਰ ਡੈਮੇਜ ਹੋ ਚੁੱਕਿਆ ਆ ਤੈਨੂੰ ਭੁੱਖ ਨਹੀਂ ਲੱਗਦੀ ਤੂੰ ਪੁੱਛਦਾ ਹੀ ਨਹੀਂ ਪ੍ਰਭੂ ਅੱਜ ਮੇਰੇ ਲਈ ਕੀ ਜ਼ਰੂਰੀ ਆ ਅੱਜ ਪ੍ਰਭੂ ਜੀ ਮੈਨੂੰ ਇਹ ਸੱਚੀਜ਼ ਦੇ ਰਿਗਾਰਡਿੰਗ ਮੈਨੂੰ ਸਿਖਾਓ ਇਸ ਵਿਸ਼ੇ ਦੇ ਬਾਰੇ ਚ ਮੈਨੂੰ ਦੱਸੋ ਪਵਿੱਤਰ ਆਤਮਾ ਮੇਰੀ ਅਗਵਾਈ ਕਰੋ ਤੈਨੂੰ ਤਾਂ ਆਤਮਿਕ ਭੁੱਖ ਹੀ ਨਹੀਂ ਲੱਗਦੀ ਘੜ ਕੇ ਤੂੰ ਤਾਂ ਮਰਿਆ ਹੋਇਆ ਆ ਇੱਕ ਮਰਦਾ ਆ ਜਿਹਨੂੰ ਭੁੱਖ ਨਹੀਂ ਲੱਗਦੀ ਜਿੰਦਾ ਤਾਂ ਜਾਨਵਰ ਹੋਵੇ ਉਹ ਵੀ ਤੁਰਿਆ ਫਿਰਦਾ ਉਹ ਵੀ ਭੌਂਕਦਾ ਆ ਉਹ ਵੀ ਕਰਲਾਉਂਦਾ ਆ ਉਹ ਵੀ ਚੀਂ-ਚੀਂ ਕਰਦਾ ਆ ਉਹ ਵੀ ਡਿੰਗਦਾ ਆ ਕਿ ਉਹ ਭੁੱਖਾ ਆ ਤੇ ਤੂੰ ਇੱਕ ਇਨਸਾਨ ਹੋ ਕੇ ਮੰਗਦਾ ਨਹੀਂ ਤੂੰ ਮੂਣੀ ਖੋਲਦਾ ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਭੁੱਖਾ ਆ ਕਿਉਂਕਿ ਤੂੰ ਜਿਉਂਦਾ ਲੱਗਦਾ ਆ ਪਰ ਤੂੰ ਜਿਉਂਦਾ ਨਹੀਂ ਆ ਅੱਜ ਸਾਨੂੰ ਜ਼ਰੂਰਤ ਆ ਕਿ ਜਿਹੜਾ ਤੁਸੀਂ ਜਿਹੜੇ ਸਾਹ ਥੋੜੇ ਥੋੜੇ ਚੱਲ ਰਹੇ ਆ ਤੁਹਾਡੇ ਆਤਮਾ ਦੇ ਬੇਸ਼ੱਕ ਤੁਸੀਂ ਚੰਗੇ ਰੈਸਲਰ ਹੋ ਸਕਦੇ ਆ ਚੰਗੇ ਰਿਸ਼ਤ ਪੁਸ਼ਟ ਇਨਸਾਨ ਹੋ ਸਕਦੇ ਆ ਪਰ ਜਿਹੜੇ ਤੁਹਾਡੇ ਆਤਮਾ ਦੇ ਥੋੜੇ ਬਹੁਤੇ ਸਾਹ ਚੱਲਦੇ ਆ ਤੁਸੀਂ ਆਤਮਿਕ ਤੌਰ ਤੇ ਕਮਜ਼ੋਰ ਆ ਤੁਸੀਂ ਆਤਮਿਕ ਤੌਰ ਤੇ ਡੈਥ ਬੈੱਡ ਤੇ ਪਏ ਹੋਏ ਆ ਉਹਨਾਂ ਸਾਹਾਂ ਦੀ ਪੂੰਜੀ ਨੂੰ ਪਰਮੇਸ਼ਵਰ ਦੇ ਅੱਗੇ ਬੀਜ ਦਿਓ ਕਿਉਂਕਿ ਜੋ ਕੁਝ ਵੀ ਤੁਸੀਂ ਬੀਜਦੇ ਆ ਪਰਮੇਸ਼ਵਰ ਉਹਦੇ ਉੱਤੇ ਬਰਕਤ ਪਾਉਂਦੇ ਆ ਪਰਮੇਸ਼ਵਰ ਨੂੰ ਵਧਾਉਂਦੇ ਆ ਮੈਂ ਕਹਿੰਦੀ ਹੋਰ ਕੁਝ ਵੀ ਨਹੀਂ ਤਾਂ ਆਪਣੇ ਸਾਹ ਤਾਂ ਬੀਜੋ ਪਰਮੇਸ਼ਵਰ ਦੇ ਅੱਗੇ ਜਿਹੜੇ ਸਾਹ ਤੁਹਾਡੇ ਅੱਗੇ ਪਰਮੇਸ਼ਵਰ ਮੈਂ ਇਹ ਸਾਹ ਤੇਰੀ ਖਿਦਮਤ ਵਿੱਚ ਰੱਖਦਾ ਪ੍ਰਭੂ ਪ੍ਰਭੂ ਇਹ ਮੈਂ ਤੁਹਾਡੇ ਅੱਗੇ ਬੀਜਦਾ ਆ ਮੇਰੇ ਸਾਹਾਂ ਨੂੰ ਵਧਾ ਦਿਓ ਮੈਨੂੰ ਹੋਰ ਟਾਈਮ ਮਿਲੇ ਕਿ ਉਹ ਸਮਾਂ ਜਿਹੜਾ ਮੇਰਾ ਵਿਅਰਥ ਹੋ ਗਿਆ ਜਿਹੜਾ ਗਵਾਚ ਗਿਆ ਆ ਮੈਂ ਹੁਣ ਜਿਹੜਾ ਬਾਕੀ ਦਾ ਸਮਾਂ ਆ ਉਹਦੇ ਚ ਸਿੱਖ ਸਕਾਂ ਸਮਝ ਸਕਾਂ ਅਰ ਜਿੰਦਾ ਰਹਿ ਸਕਾਂ ਹਾਲੇਲੂਇਆ ਸੋ ਇੱਥੇ ਲਿਖਿਆ ਕਹਿੰਦਾ ਤੂੰ ਜਿਉਂਦਾ ਕਹਾਉਂਦਾ ਆ ਪਰ ਤੂੰ ਮਰਦਾ ਆ ਕਹਿੰਦਾ ਚੌਕਸ ਹੋ ਜਾ ਤੇ ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ ਉਹਨੂੰ ਪੱਕਿਆ ਕਰ ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ ਕਹਿੰਦਾ ਚੌਕਸ ਹੋ ਜਾ ਸੁਚੇਤ ਹੋ ਜਾ ਅਵੇਅਰ ਹੋ ਜਾ ਬੀ ਕੇਅਰਫੁਲ ਕਿੰਦਾ ਭਾਵੇਂ ਤੂੰ ਲਾਸਟ ਟਾਈਮ ਦੇ ਵਿੱਚ ਆ ਲਾਸਟ ਮੂਮੈਂਟ ਦੇ ਵਿੱਚ ਆ ਪਰ ਕਹਿੰਦਾ ਉਹਨਾਂ ਕੰਮਾਂ ਨੂੰ ਪੱਕਿਆਂ ਕਰ ਲਾ ਕਹ ਕੇ ਕਹਿੰਦਾ ਮੈਂ ਤੇਰੀ ਜੀਵਨ ਦੇ ਵਿੱਚ ਮੈਂ ਪਰਮੇਸ਼ਵਰ ਦੇ ਅੱਗੇ ਜਿਹੜੇ ਕੰਮ ਤੇਰੇ ਲਾਈਫ 'ਚ ਹੋਣੇ ਚਾਹੀਦੇ ਸੀ ਮੈਂ ਉਹਨਾਂ ਕੰਮਾਂ 'ਚੋਂ ਇੱਕ ਵੀ ਪੂਰਾ ਨਹੀਂ ਦੇਖਿਆ ਨਾ ਮੈਂ ਤੇਰੀ ਧਾਰਮਿਕਤਾ ਪੂਰੀ ਦੇਖੀ ਆ ਨਾ ਮੈਂ ਤੇਰੀ ਆਤਮਿਕਤਾ ਪੂਰੀ ਦੇਖੀ ਆ ਨਾ ਮੈਂ ਤੇਰੀ ਪਵਿੱਤਰਤਾ ਹੀ ਪੂਰੀ ਦੇਖੀ ਆ ਨਾ ਮੈਂ ਤੇਰੀ ਤੈਨੂੰ ਪ੍ਰਾਰਥਨਾ 'ਚ ਪੂਰਾ ਦੇਖਿਆ ਆ ਨਾ ਮੈਂ ਤੈਨੂੰ ਸੰਜੀਦਗੀ ਚ ਪੂਰਾ ਦੇਖਿਆ ਨਾ ਮੈਂ ਤੈਨੂੰ ਅਕਲ ਦੇ ਵਿੱਚ ਪੂਰਾ ਦੇਖਿਆ ਨਾ ਮੈਂ ਤੈਨੂੰ ਸਮਝ ਦੇ ਵਿੱਚ ਪੂਰਾ ਦੇਖਿਆ ਕਹਿੰਦਾ ਮੈਂ ਤੈਨੂੰ ਉਹਨਾਂ ਕੰਮਾਂ ਦੇ ਵਿੱਚ ਨਾ ਮੈਂ ਤੈਨੂੰ ਦਇਆ ਚ ਪੂਰਾ ਦੇਖ ਮੈਂ ਤੈਨੂੰ ਕਿਸੇ ਵੀ ਉਸ ਕੰਮ ਵਿੱਚ ਜਿਹੜੇ ਪਰਮੇਸ਼ਵਰ ਦੇ ਅੱਗੇ ਪੂਰੇ ਹੋਣੇ ਚਾਹੀਦੇ ਆ ਮੈਂ ਉਹਨਾਂ ਵਿੱਚ ਤੈਨੂੰ ਪੂਰਾ ਨਹੀਂ ਦੇਖਿਆ ਕਹਿੰਦਾ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ ਸਾਰੇ ਕੰਮਾਂ ਚ ਅਧੂਰੇ ਆ ਗਿਆਨ ਵਿੱਚ ਅਧੂਰੇ ਵਫਾ ਦੇ ਵਿੱਚ ਅਧੂਰੇ ਦਇਆ ਦੇ ਵਿੱਚ ਅਧੂਰੇ ਸਾਰੀਆਂ ਚੀਜ਼ਾਂ ਦੇ ਵਿੱਚ ਅਧੂਰੇ ਪ੍ਰਾਰਥਨਾ ਦੇ ਵਿੱਚ ਅਧੂਰੇ ਪਵਿੱਤਰਤਾਈ ਦੇ ਵਿੱਚ ਅਧੂਰੇ ਕਿੰਨਾ ਭਾਵੇਂ ਤੇਰੇ ਕੋਲੇ ਥੋੜਾ ਹੀ ਟਾਈਮ ਆ ਤੂੰ ਇਹਨਾਂ ਕੰਮਾਂ ਨੂੰ ਪੱਕਾ ਕਰ ਲਾ ਇਹਨਾਂ ਕੰਮਾਂ ਚ ਪੂਰਾ ਹੋ ਜਾ ਤਾਂ ਜੋ ਤੂੰ ਬਚਾਇਆ ਜਾਵੇਂ ਇਸ ਲਈ ਸਾਨੂੰ ਕਿਹਾ ਜਾ ਰਿਹਾ ਕਿ ਤੂੰ ਬਚਾਇਆ ਜਾਵੇਂ ਸਾਨੂੰ ਪੂਰੇ ਹੋਣ ਦੀ ਜ਼ਰੂਰਤ ਹੈ ਅੱਜ ਤੁਸੀਂ ਆਪਣੇ ਜੀਵਨ 'ਚ ਝਾਤੀ ਮਾਰੋ ਤੁਹਾਨੂੰ ਪਤਾ ਲੂਕ ਵਾਰਮ ਹੋਣਾ ਕੋਸੇ ਕੋਸੇ ਹੋਣਾ ਵਨ ਆਫ ਦਾ ਡੇਂਜਰਸ ਥਿੰਗ ਇਰ ਇੱਕ ਮਸੀਹੀ ਚੇਲੇ ਦੇ ਲਈ ਇੱਕ ਮਸੀਹੀ ਵਿਸ਼ਵਾਸੀ ਦੇ ਲਈ ਇੱਕ ਮਸੀਹੀ ਜੀਵਨ ਦੇ ਲਈ ਕਿਉਂਕਿ ਜਿਹੜਾ ਜਿਹੜਾ ਬੰਦਾ ਕੋਸਾ ਆ ਨਾ ਉਹ ਇਦਾਂ ਕਹਿੰਦਾ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਬਣਾ ਲਿਆ ਆ ਤੇ ਉਹ ਖੁਸ਼ ਰਹਿੰਦਾ ਕਿ ਹਾਂਜੀ ਜੀ ਪ੍ਰਭੂ ਯਿਸੂ ਮਸੀਹ ਮੇਰਾ ਮੁਕਤੀਦਾਤਾ ਆ ਮੈਂ ਤੇ ਚਰਚ ਨੂੰ ਜਾਂਦਾ ਆ ਉਹ ਇਸੇ ਚੀਜ਼ 'ਚ ਬੜਾ ਖੁਸ਼ ਆ ਹੈ ਵੀ ਖੁਸ਼ੀ ਦੀ ਗੱਲ ਚਲੋ ਉਹ ਚਰਚ ਨੂੰ ਜਾਂਦਾ ਇਹ ਵੀ ਬਹੁਤ ਖੁਸ਼ੀ ਦੀ ਗੱਲ ਆ ਉਹ ਪ੍ਰਭੂ ਯਸੂ ਮਸੀਹ ਨੂੰ ਉਹਨੇ ਆਪਣਾ ਮੁਕਤੀ ਦਾਤਾ ਸਵੀਕਾਰ ਕਰ ਲਿਆ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਇਹਦੇ ਚ ਹੁਣ ਡੇਂਜਰਸ ਚੀਜ਼ ਕੀ ਆ ਬਸ ਉਹਨੇ ਇਹ ਹੀ ਦੋ ਚੀਜ਼ਾਂ ਸਮਝ ਲਈਆਂ ਕਿ ਕਰ ਲਈਆਂ ਤੇ ਮੈਂ ਸਵਰਗ ਨੂੰ ਚਲੇ ਜਾਵਾਂਗਾ ਨਹੀਂ ਸਿਰਫ ਇੰਨਾ ਹੀ ਕਰਕੇ ਤੁਸੀਂ ਸਵਰਗ ਨੂੰ ਨਹੀਂ ਜਾ ਸਕਦੇ ਹਰ ਦਿਨ ਤੁਹਾਨੂੰ ਆਪਣੇ ਜੀਵਨ ਨੂੰ ਧਿਆਨ ਨਾਲ ਦੇਖਣਾ ਪੈਣਾ ਕਿ ਮੈਂ ਆਪਣੇ ਜੀਵਨ ਵਿੱਚ ਕੀ ਕਰ ਰਿਹਾ ਹਾਂ ਤੁਹਾਨੂੰ ਉਸ ਤਰੀਕੇ ਨਾਲ ਜੀਣਾ ਪੈਣਾ ਜਿਸ ਤਰੀਕੇ ਦੇ ਨਾਲ ਜੀਵਨ ਦਾ ਹੁਕਮ ਦਿੱਤਾ ਗਿਆ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਗਲਤੀਆਂ ਤੋਂ ਬਾਰ ਹੋ ਕੇ ਜੀਣਾ ਜਿਹੜੀ ਮੁਖੋਲੀਆਂ ਦੀ ਜੁੰਡੀਆਂ ਉਹਨਾਂ ਵਿੱਚ ਨਹੀਂ ਬਹਿਣਾ ਗੰਦੀ ਸੰਗਤ ਵਿੱਚ ਬੁਰੀ ਸੰਗਤ ਵਿੱਚ ਨਹੀਂ ਜਾਣਾ ਐਡਿਕਸ਼ਨ ਕਿਸੇ ਵੀ ਚੀਜ਼ ਦੀ ਤੁਹਾਨੂੰ ਐਡਿਕਸ਼ਨ ਨਹੀਂ ਹੋਣੀ ਚਾਹੀਦੀ ਚਾਹੇ ਉਹ ਪੈਸੇ ਦੀ ਹੋਵੇ ਚਾਹੇ ਉਹ ਮੋਬਾਈਲ ਦੀ ਹੋਵੇ ਚਾਹੇ ਉਹ ਨਸ਼ੇ ਦੀ ਹੋਵੇ ਚਾਹੇ ਵੀ ਵਿਚਾਰ ਦੀ ਹੋਵੇ ਕੋਈ ਐਡਿਕਸ਼ਨ ਨਹੀਂ ਹੋਣੀ ਚਾਹੀਦੀ ਤੁਹਾਡੇ ਲਾਈਫ ਦੇ ਵਿੱਚ ਕੋਈ ਲਾਨਤ ਨਹੀਂ ਹੋਣੀ ਚਾਹੀਦੀ ਤੁਸੀਂ ਗੁਲਾਮੀ ਦੇ ਬੰਦਨਾ ਦੇ ਵਿੱਚ ਨਹੀਂ ਹੋਣੇ ਚਾਹੀਦੇ ਗੁਲਾਮੀ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕਿਸੇ ਨੇ ਹੱਥਾਂ ਪੈਰਾਂ ਨੂੰ ਬੰਨ੍ਹਿਆ ਤਾਂ ਤੁਸੀਂ ਗੁਲਾਮ ਆ ਕਈ ਵਾਰੀ ਤੁਸੀਂ ਆਪਣੇ ਮਨ ਦੇ ਗੁਲਾਮ ਹੁੰਦੇ ਕਈ ਵਾਰੀ ਤੁਸੀਂ ਆਪਣੀਆਂ ਖੁਆਇਸ਼ਾਂ ਦੇ ਗੁਲਾਮ ਹੁੰਦੇ ਆ ਕਈ ਵਾਰੀ ਤੁਸੀਂ ਆਪਣੀ ਜ਼ੁਬਾਨ ਦੇ ਗੁਲਾਮ ਹੁੰਦੇ ਆ ਕਈ ਵਾਰੀ ਤੁਸੀਂ ਆਪਣੇ ਧਨ ਦੇ ਗੁਲਾਮ ਅਹੁਦੇ ਦੇ ਗੁਲਾਮ ਕਈ ਤਰ੍ਹਾਂ ਦੀ ਗੁਲਾਮੀ ਦੇ ਵਿੱਚ ਤੁਸੀਂ ਹੋ ਸਕਦੇ ਆ ਤਾਂ ਇੱਕ 크੍ਰਿਸਚੀਅਨ ਅਗਰ ਉਹ ਇਹ ਸੋਚਦਾ ਕਿ ਮੈਂ ਸੰਡੇ ਦੀ ਸੰਡੇ ਜਾਂਦਾ ਆ ਤੇ ਬਸ ਠੀਕ ਆ ਬਾਕੀ ਦਿਨਾਂ ਵਿੱਚ ਉਹ ਪ੍ਰਾਰਥਨਾ ਨਹੀਂ ਕਰਦਾ ਕੋਈ ਹੋਰ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਸਾਡੇ ਜੀਵਨ ਛੋੜੀਆਂ ਚਾਹੀਦੀਆਂ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਨਹੀਂ ਰੱਖਦਾ ਇਹ ਸਭ ਤੋਂ ਖਤਰਨਾਕ ਚੀਜ਼ ਆ ਉਹ ਕੋਸਾ ਕੋਸਾ ਮਸੀਹੀ ਆ ਪਰ ਸਾਨੂੰ ਇੱਕ ਗਰਮ ਗਰਮ ਮਸੀਹੀ ਹੋਣਾ ਆ ਇੱਕ ਗਰਮ ਮਸੀਹੀ ਵਿਸ਼ਵਾਸੀ ਇੱਕ ਗਰਮ ਮਸੀਹੀ ਚੇਲਾ ਹੋਣਾ ਹੁਣ ਗਰਮ ਮਸੀਹੀ ਦਾ ਮਤਲਬ ਇਹ ਨਹੀਂ ਕਿ ਤਾੜ-ਥਾੜ ਕਰਦੇ ਹੋ ਲੜਾਈ ਝਗੜੇ ਕਰ ਲੋ ਨਹੀਂ ਆਤਮਾ ਦੇ ਵਿੱਚ ਗਰਮ ਹੋਣੇ ਚਾਹੀਦੇ ਆ ਜਿਹੜਾ ਕੋਸਾ ਕੋਸਾ ਮਸੀਹੀ ਆ ਉਹ ਸੰਸਾਰ ਵਾਲੇ ਕੰਮ ਵੀ ਕਰੀ ਜਾ ਰਿਹਾ ਉਹ ਉਹ ਰੀਤੀ ਰਿਵਾਜ ਬੂਏ ਦੇ ਮੋਰੇ ਅੰਬਾਂ ਦੇ ਪੱਤੇ ਬੰਨ੍ਹ ਦਿਓ ਦੁਕਾਨ ਦੇ ਮੋਰੇ ਨਿੰਬੂ ਮਿਰਚੀ ਜਿਹੜਾ ਹੀ ਆ ਉਹਨੂੰ ਪਰੋ ਕੇ ਰੱਖ ਦਿਓ ਨਿਆਣਾ ਜੰਮਿਆ ਉਹਦੇ ਸਰਾਣੇ ਮਾਚਿਸ ਰੱਖ ਦਿਓ ਕੈਂਚੀ ਰੱਖ ਦਿਓ ਪਾਣੀ ਦਾ ਗਲਾਸ ਭਰ ਕੇ ਰੱਖ ਦਿਓ ਮਤਲਬ ਹੋਰ ਬਹੁਤ ਸਾਰੀਆਂ ਨਾਨਸੈਂਸ ਚੀਜ਼ਾਂ ਅਗਬਾਲੀ ਜਾਓ ਉਹਦੇ ਵਿੱਚ ਕਿਉਂ ਪਾਈ ਜਾਓ 베ਰੀ ਦੀਆਂ ਲੱਕੜਾਂ ਬਾਲ ਦਿਓ 베ਰੀ ਦੇ ਮੋਢੇ ਜਾ ਕੇ ਹਲਦੀ ਪਾਓ ਬੋਰਡ ਦੇ ਦਿਵਾਲੇ ਆਟਾ ਬੰਨ੍ਹ ਦਿਓ ਧਾਗਾ ਬੰਨ੍ਹ ਦਿਓ ਪਰ ਹੈ ਉਹ ਕਹਿੰਦਾ ਜੀ ਮੈਂ ਤਾਂ ਸੰਡੇ ਨੂੰ ਚਰਚ ਨੂੰ ਜਾਂਦਾ ਆ ਪਰ ਕੋਈ ਗੱਲ ਨਹੀਂ ਇਹ ਮੈਂ ਕਿਹੜਾ ਕਿਸੇ ਹੋਰ ਚੀਜ਼ ਦੇ ਅੱਗੇ ਝੋਕਰਿਆ ਆ ਇਹ ਤਾਂ ਚਲੋ ਜੀ ਉਦੋਂ ਹੀ ਸਧਾਰਨ ਚੀਜ਼ਾਂ ਬਣੀਆਂ ਹੋਈਆਂ ਮੈਂ ਤਾਂ ਸਧਾਰਨ ਕਰ ਰਿਹਾ ਤਾਂ ਇਹ ਚੀਜ਼ਾਂ ਜਿਹੜੇ ਲੋਕੀ ਕਰਦੇ ਆ ਉਹ ਕੋਸੇ-ਕੋਸੇ ਮਸੀਹੀ ਆ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਵਚਨ ਨੂੰ ਫੋਲੋ ਨਹੀਂ ਕਰਦੇ ਪਰ ਸਾਰੀਆਂ ਚੀਜ਼ਾਂ ਵਿੱਚ ਕੰਪਰੋਮਾਈਜ਼ ਕਰ ਲੈਣਾ ਉਹਨਾਂ ਨੇ ਸਹਿਮਤੀ ਜਿਹੀ ਕਰ ਲੈਣੀ ਕਿ ਚਲੋ ਅੱਧਾ ਜਿਹਾ ਆ ਕਰ ਲੈਨੇ ਅੱਧਾ ਜਿਹਾ ਆ ਕਰ ਲੈਨੇ ਇਹ ਡੇਂਜਰਸ ਆ ਇਸੇ ਨੂੰ ਉਹ ਕਹਿੰਦਾ ਲੱਗਦਾ ਤੇ ਤੂੰ ਜੀਉਂਦਾ ਆ ਕਹੋਂਦਾ ਤੇ ਤੂੰ ਜਿਉਂਦਾ ਪਰ ਹੈ ਤੂੰ ਮਰਿਆ ਹੋਇਆ ਹੈ ਹੈ ਤੂੰ ਮਰਦਾ ਹੈ ਤਾਂ ਅਸੀਂ ਨੀਮ ਗਰਮ ਨਹੀਂ ਰਹਿਣਾ ਅਸੀਂ ਕੋਸੇ ਕੋਸੇ ਨਹੀਂ ਰਹਿਣਾ ਪਰ ਅਸੀਂ ਜਿਉਂਦੇ ਹੋਣਾ ਹੈ ਅਸੀਂ ਆਤਮਾ ਦੇ ਵਿੱਚ ਸਰਗਰਮ ਗਰਮ ਮਗਦੇ ਹੋਏ ਕੋਲੇ ਦੀ ਨਿਆਹੀ ਹੋਣਾ ਹੈ ਲਾਟਾਂ ਛੱਡਦੇ ਹੋਏ ਹੋਣਾ ਹੈ ਹਾਲੇਲੂਇਆ ਪ੍ਰਭੂ ਤੁਹਾਨੂੰ ਬਰਕਤ ਦੇਣ ਤੇ ਇੱਥੇ ਲਿਖਿਆ ਇਸ ਲਈ ਚੇਤੇ ਕਰ ਭਈ ਮੈਂ ਕਿਸ ਬਧ ਪ੍ਰਾਪਤ ਕੀਤਾ ਤੇ ਸੁਣਿਆ ਉਹਦੀ ਪਾਲਣਾ ਕਰ ਅਤੇ ਤੌਬਾ ਕਰ ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗ ਆਵਾਂਗਾ ਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਕੜੀ ਆ ਪਾਵਾਂਗਾ ਵਚਨ ਦੇ ਵਿੱਚ ਕਿਉਂਕਿ ਇਹ ਜਿਹੜਾ ਪ੍ਰਕਾਸ਼ਿਤ ਆਕਿਆ ਹੈ ਜਿਹੜੀ ਪ੍ਰਕਾਸ਼ ਦੀ ਪੋਥੀ ਆ ਬੁੱਕ ਆਫ ਰੈਵਿਲੇਸ਼ਨ ਇਹ ਜਿਹੜੀ ਜਿਹੜਾ ਪ੍ਰਕਾਸ਼ ਆ ਇਹ ਜੀਜ਼ਸ ਕ੍ਰਾਈਸਟ ਦਾ ਪ੍ਰਕਾਸ਼ ਆ ਪ੍ਰਭੂ ਯੈਸੂ ਮਸੀਹ ਦੀ ਦਾ ਪ੍ਰਕਾਸ਼ ਆ ਜਿਹੜਾ ਸੰਤ ਯੋਹੰਨਾ ਦੇ ਉੱਤੇ ਪ੍ਰਗਟ ਕੀਤਾ ਗਿਆ ਹਾਲੇਲੂਇਆ ਇਹ ਯੋਹੰਨਾ ਦੇ ਪ੍ਰਕਾਸ਼ ਦੀ ਪੋਥੀ ਨਹੀਂ ਪਰ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਕਾਸ਼ ਆ ਜਿਹੜਾ ਸੰਤ ਯੋਹੰਨਾ ਦੇ ਉੱਤੇ ਪ੍ਰਗਟ ਕੀਤਾ ਗਿਆ ਰੋ ਸਾਰੀਆਂ ਗੱਲਾਂ ਜੋ ਸੰਤ ਯੋਹੰਨਾ ਜੀ ਨੇ ਦੇਖੀਆਂ ਜੋ ਸੰਤ ਯੋਹੰਨਾ ਜੀ ਨੇ ਸੁਣੀਆਂ ਉਹ ਜਿਹੜੀਆਂ ਆ ਇਹਦੇ ਚ ਦਰਜ ਕੀਤੀਆਂ ਗਈਆਂ ਤਾਂ ਇੱਥੇ ਪ੍ਰਭੂ ਯਿਸੂ ਮਸੀਹ ਗੱਲ ਕਰ ਰਿਹਾ ਕਹਿੰਦੇ ਵੀ ਉਹਨਾਂ ਨੇ ਕਿਹਾ ਯਾ ਫਲਾਨੀ ਕਲੀਸਿਆ ਨੂੰ ਲਿਖ ਫਲਾਨੀ ਫਲਾਨੀ ਕਲੀਸਿਆ ਨੂੰ ਲਿਖ ਉਹਨਾਂ ਨੇ ਮਤਲਬ ਉਹਨਾਂ ਨੂੰ ਵਰਨਿੰਗਸ ਜਿਹੜੀਆਂ ਆ ਭੇਜੀਆਂ ਕਿ ਕਿੱਦਾਂ ਉਹ ਸੁਧਾਰ ਕਰ ਸਕਣ ਤਾਂ ਇੱਥੇ ਲਿਖਿਆ ਕਹਿੰਦਾ ਚੇਤੇਕਾਰ ਬੀ ਕੇਸ ਵਿਧ ਦੇ ਨਾਲ ਤੂੰ ਬਚਾਇਆ ਗਿਆ ਆ ਕੇ ਇਸ ਬੇਧ ਦੇ ਨਾਲ ਤੇ ਜੋ ਤੂੰ ਸੁਣਿਆ ਆ ਉਹ ਤੈਨੂੰ ਕੇਸ ਬੇਧ ਨਾਲ ਕਰਨ ਲਈ ਕਿਹਾ ਗਿਆ ਆ ਤੂੰ ਉਹਨਾਂ ਨੂੰ ਚੇਤੇ ਕਰ ਤੂੰ ਉਹਨਾਂ ਚੀਜ਼ਾਂ ਦੇ ਲਈ ਹੁਣ ਮਨਨ ਕਰ ਮੈਡੀਟੇਟ ਕਰ ਉਹਨਾਂ ਚੀਜ਼ਾਂ ਨੂੰ ਐਕਸਰਸਾਈਜ਼ ਕਰ ਵੀ ਤੂੰ ਜਿਹੜਾ ਆ ਤੌਬਾ ਕਰ ਕਹਿੰਦਾ ਇਸ ਇਸ ਕਰਕੇ ਸਾਨੂੰ ਪ੍ਰਭੂ ਵਾਰਨ ਕਰ ਰਿਹਾ ਵੀ ਅਸੀਂ ਬਚਾਏ ਜਾ ਸਕੀਏ ਕਹਿੰਦਾ ਜੇ ਤੂੰ ਨਾ ਜਾਗਿਆ ਤੈਨੂੰ ਮੈਂ ਵਾਰਨਿੰਗ ਦੇ ਰਿਹਾ ਵੀ ਜਾਗ ਜਾ ਜੇ ਤੂੰ ਨਾ ਜਾਗਿਆ ਕਹਿੰਦਾ ਮੈਂ ਚੋਰ ਵਾਂਗ ਆ ਜਾਣਾ ਤੈਨੂੰ ਪਤਾ ਨਹੀਂ ਲੱਗਣਾ ਵੀ ਮੈਂ ਕਿਹੜੇ ਘੜੀ ਤੇਰੇ ਤੇ ਆਣ ਪੈਣਾ ਹੈ ਕਿਉਂਕਿ ਹੁਣ ਪ੍ਰਭੂ ਯਿਸੂਮਸੀ ਐਨੀ ਟਾਈਮ ਐਨੀ ਟਾਈਮ ਆ ਸਕਦੇ ਆ ਐਨੀ ਟਾਈਮ ਡਰਾਪਚਰ ਹੋ ਸਕਦਾ ਆ ਤਾਂ ਸਾਨੂੰ ਪਤਾ ਨਹੀਂ ਆ ਉਹ ਸਾਡੇ ਸੁੱਤਿਆਂ ਦਾ ਵੇਲਾ ਹੋਣਾ ਜਾਗਦਿਆਂ ਦਾ ਵੇਲਾ ਹੋਣਾ ਖਾਂਦਿਆਂ ਦਾ ਵੇਲਾ ਹੋਣਾ ਕੋਈ ਕੁਝ ਪਤਾ ਨਹੀਂ ਆ ਅੱਜ ਹੋਣਾ ਕੱਲ ਹੋਣਾ ਹੁਣੇ ਹੋਣਾ ਕੀ ਪਤਾ ਇਹ ਆਪਣੀਆਂ ਗੱਲਾਂ ਕਰਦਿਆਂ ਹੋ ਜਵੇ ਕੀ ਪਤਾ ਸਾਲ ਨੂੰ ਹੋਏ ਕੀ ਪਤਾ ਕੱਲ ਨੂੰ ਹੋ ਜੇ ਸਾਨੂੰ ਕੁਝ ਪਤਾ ਨਹੀਂ ਉਹਦੇ ਬਾਰੇ ਵਿੱਚ ਕਹਿੰਦਾ ਚੋਰ ਦੀ ਨਿਆਈ ਜਿੱਦਾਂ ਚੋਰ ਚਿੱਠੀ ਪਾ ਕੇ ਨਹੀਂ ਆਉਂਦਾ ਚੋਰ ਫੋਨ ਕਰਕੇ ਨਹੀਂ ਆਉਂਦਾ ਚੋਰ ਚੋਰ ਵਾਰਨਿੰਗ ਦੇ ਕੇ ਨਹੀਂ ਆਉਂਦਾ ਪਰ ਉਹ ਆ ਜਾਂਦਾ ਜਦੋਂ ਉਹਦਾ ਦਾ ਲੱਗਦਾ ਜਦੋਂ ਜਦੋਂ ਉਹਦਾ ਮਨ ਹੁੰਦਾ ਕਹਿੰਦਾ ਚੋਰ ਦੀ ਨਿਆਈ ਮੈਂ ਆਉਣਾ ਮੈਂ ਤੁਹਾਨੂੰ ਕੋਈ ਵਾਰਨਿੰਗ ਨਹੀਂ ਦੇਣੀ ਕਿ ਮੈਂ ਕੱਲ ਨੂੰ ਆ ਰਿਹਾ ਆਂ ਤੇ ਅੱਜ ਸਾਰੇ ਜਾਣੇ ਗੋਡੇ ਟੇਕ ਲੋ ਨੱਕ ਬੁੱਲ ਘਸਾ ਲੋ ਨਹੀਂ ਕਹਿੰਦਾ ਹੁਣ ਟਾਈਮ ਆ ਤੌਬਾ ਕਰੋ ਇਸ ਲਈ ਮੇਰੇ ਭੈਣੋ ਭਰਾਓ ਅੱਜ ਸਮਾਂ ਆ ਕਿ ਤੁਸੀਂ ਤੌਬਾ ਕਰੋ ਹੁਣੇ ਹੀ ਸਮਾਂ ਆ ਕਿ ਤੁਸੀਂ ਤੌਬਾ ਕਰੋ ਹੁਣੇ ਹੀ ਸਮਾਂ ਹੈ ਕਿ ਤੁਸੀਂ ਜਾਗ ਉੱਠੋ ਤੁਸੀਂ ਨੀਂਦ ਗਰਮ ਨਾ ਹੋਵੋ ਤੁਸੀਂ ਕੋਸੇ ਕੋਸੇ ਨਾ ਹੋਵੋ ਪਰ ਸਰ ਗਰਮ ਹੋਵੋ ਮੈਂ ਇੱਕ ਲਾਸਟ ਵਰਸ ਜਿਹੜੀ ਆ ਉਹ ਜ਼ਰੂਰ ਦੇਖਣਾ ਚਾਹਾਂਗੀ ਅਰ ਫਿਰ ਜਿਹੜਾ ਆ ਇਹਨੂੰ ਆਪਾਂ ক্লোਜ਼ ਕਰ ਦੂਗੇ ਅਰ ਤੁਸੀਂ ਇਹਨੂੰ ਪੜਿਓ ਤੁਸੀਂ ਪ੍ਰਾਰਥਨਾ ਕਰਿਓ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਪ੍ਰਗਟ ਕਰੇ ਅਰ ਜ਼ਰੂਰ ਪ੍ਰਗਟ ਕਰੂਗਾ ਅਰ ਆਪਾਂ 15 16 ਦੇ ਵਿੱਚ ਦੇਖ ਲੈਨੇ ਆ ਸ਼ਾਰਟਕਟ ਦੇ ਵਿੱਚ ਆਪਾਂ ਜਾਂਦੇ ਆ ਇੱਥੇ ਲਿਖਿਆ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਪਈ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ ਸੋ ਤੂੰ ਸੀਲ ਗਰਮ ਜੋ ਹੈ ਨਾ ਤੱਤਾ ਨਾ ਠੰਡਾ ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ ਹੁਣ ਵਚਨ ਕਹਿੰਦਾ ਜਾਂ ਤਾਂ ਤੂੰ ਠੰਡਾ ਹੁੰਦਾ ਤੇ ਜਾਂ ਤੂੰ ਤੱਤਾ ਹੁੰਦਾ ਜਾਂ ਤਾਂ ਦੇਖਣ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਹਾਂ ਬਈ ਤੂੰ ਤੂੰ ਕੋਈ ਧਰਮਈ ਬੰਦਾ ਨਹੀਂ ਆ ਹੁਣ ਜਿਹੜੇ ਦੇਖਣ ਵਾਲੇ ਆ ਹੁਣ ਇੱਥੇ ਪ੍ਰਭੂ ਕਹਰੇ ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਕਹਿੰਦਾ ਮੈਂ ਤੇਰੇ ਕੰਮਾਂ ਨੂੰ ਜਾਣਦਾ ਆ ਨਾ ਤਾਂ ਤੂੰ ਤੱਤਾ ਆ ਨਾ ਤੂੰ ਠੰਡਾ ਨਾ ਤਾਂ ਤੇਰੇ ਕੰਮ ਜਿਹੜੇ ਆ ਧਰਮੀਆਂ ਵਾਲੇ ਆ ਤੇ ਨਾ ਤੇਰੇ ਜਿਹੜੇ ਕੰਮ ਆ ਉਹ ਕੁ ਧਰਮੀਆਂ ਵਾਲੇ ਆ ਮਤਲਬ ਸਾਰੇ ਕੰਮ ਨਾ ਤਾਂ ਤੇਰੇ ਪਾਪ ਵਾਲੇ ਆ ਨਾ ਤੇਰੇ ਸਾਰੇ ਜਿਹੜੇ ਕੰਮ ਆ ਉਹ ਚੰਗੇ ਆ ਕਿਉਂਕਿ ਕੋਸ਼ ਕਦੀ ਕਦੀ ਤੂੰ ਚੰਗਾ ਕੰਮ ਕਰ ਲੈਣਾ ਫੇਰ ਤੂੰ ਉਹਦੇ ਬਾਅਦ ਚ ਫੇਰ ਤੋਂ ਪਾਪ ਵਾਲੇ ਕੰਮ ਕਰਨ ਲੱਗ ਜਾਂਦਾ ਆ ਐਤਵਾਰ ਨੂੰ ਤੇ ਤੂੰ ਚਰਚ ਨੂੰ ਆ ਗਿਆ ਜਾਂ ਸ਼ਨੀਵਾਰ ਨੂੰ ਜਿੱਥੇ ਵੀ ਚਰਚ ਲੱਗਦੀ ਹਫ਼ਤੇ ਚ ਇੱਕ ਦਿਨ ਤਾਂ ਤੂੰ ਚਰਚ ਨੂੰ ਆ ਗਿਆ ਬਾਕੀ ਦੇ 6 ਦਿਨਾਂ ਦੇ ਵਿੱਚ ਤੂੰ ਉਹੀ ਠੱਗੀ ਉਹੀ ਚੋਰੀ ਉਹੀ ਝੂਠ ਉਹੀ ਵਿਵਚਾਰ ਇੱਕ ਦਿਨ ਤੂੰ ਪਰਮੇਸ਼ਵਰ ਦੇ ਅੱਗੇ ਗੋਡੇ ਟੇਕ ਕੇ ਪ੍ਰਾਰਥਨਾ ਕਰਨ ਲੱਗ ਜਾਂਦਾ ਬਾਕੀ ਦਿਨ ਤੂੰ ਫੇਰ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਦੁਨੀਆ ਵਾਲੇ ਕੰਮ ਦੁਸ਼ਟ ਵਾਲੇ ਕੰਮ ਕਰਨ ਲੱਗ ਜਾਂਦਾ ਤੇ ਕਹਿੰਦਾ ਚੰਗਾ ਸੀ ਵੀ ਜਾਂ ਤਾਂ ਤੂੰ ਤੱਤਾਂ ਹੁੰਦਾ ਜਾਂ ਤੂੰ ਠੰਡਾ ਹੁੰਦਾ ਜਾਂ ਤਾਂ ਦੇਖਣ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਨਹੀਂ ਇਹ ਚਰਚ ਨੂੰ ਨਹੀਂ ਜਾਂਦਾ ਇਹ ਸੰਸਾਰੀ ਆ ਇਹ ਪੂਰਾ ਸੰਸਾਰਕ ਆ ਇਹਨੇ ਸੰਸਾਰ ਵਾਲੇ ਕੰਮ ਕਰਨੇ ਆ ਹੁਣ ਕਦੀ ਤਾਂ ਤੂੰ ਧਰਮੀਆਂ ਵਾਲੇ ਕਰਨ ਲੱਗ ਜੰਨਾ ਕਰੀ ਤੂੰ ਪਾਪੀਆਂ ਵਾਲੇ ਕਰਨ ਲੱਗ ਜੰਨਾ ਕਹਿੰਦਾ ਇਸ ਲਈ ਮੈਂ ਤੈਨੂੰ ਆਪਣੇ ਮੂੰਹ ਤੋਂ ਉਗਲ ਸੁੱਟਾਂਗਾ ਅੰਗਰੇਜ਼ੀ ਵਿੱਚ ਲਿਖਿਆ 스ਪਿਟ ਆਊਟ ਥੁੱਕ ਦੂੰਗਾ ਮੈਂ ਤੈਨੂੰ ਆਪਣੇ ਮੂੰਹ ਦੇ ਵਿੱਚੋਂ ਤਾਂ ਬੇਸਵਾਦੀ ਆ ਥੁੱਕੀ ਕਿਹੜੀ ਚੀਜ਼ ਜਾਂਦੀ ਜਿਹੜੀ ਬੇਸਵਾਦੀ ਆ ਇਸ ਲਈ ਸਾਡਾ ਜਿਹੜਾ ਮਸੀਹੀ ਜੀਵਨ ਹੈ ਨਾ ਸੁਆਦਲਾ ਹੋਣਾ ਚਾਹੀਦਾ ਕਿਉਂਕਿ ਵਚਨ 'ਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਜਗਤ ਦਾ ਨਮਕ ਬਣਾਇਆ ਹੈ ਆ ਤਾਂ ਜੇ ਲੂਣ ਹੀ ਕਹਿੰਦਾ ਬੇਸਵਾਦਾ ਹੋ ਜੇ ਤਾਂ ਫਿਰ ਉਹ ਕਿਸ ਵਿਧ ਕਹਿੰਦਾ ਉਹਨੂੰ ਵਰਤਿਆ ਜਾ ਸਕਦਾ ਪਰ ਉਹ ਸੁਟਿਆ ਹੀ ਜਾਣਾ ਹੈ ਇਸ ਲਈ ਅਸੀਂ ਬੇਸਵਾਦੇ ਨਹੀਂ ਹੋਣਾ ਠੰਡੇ ਤਾਂ ਮੈਂ ਕਹਿੰਦੀ ਨਾ ਹੋਵੋ ਸੱਚੀ ਮੈਂ ਕਹਿੰਦੀ ਠੰਡੇ ਨਾ ਹੋਵੋ ਤੱਤੇ ਹੋਣ ਦੀ ਕੋਸ਼ਿਸ਼ ਕਰੋ ਗਰਮ ਹੋਣ ਦੀ ਕੋਸ਼ਿਸ਼ ਕਰੋ ਮਗਨ ਦੀ ਕੋਸ਼ਿਸ਼ ਕਰੋ ਤਾਂ ਜੋ ਪਰਮੇਸ਼ਵਰ ਨੂੰ ਪਸੰਦ ਆ ਸਕੇ ਬੁਰਾਈ ਵਾਲੇ ਕੰਮ ਛੱਡ ਦਿਓ ਬੁਰਾਈ ਵਾਲੇ ਕੰਮਾਂ ਤੋਂ ਤੌਬਾ ਕਰ ਲਓ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਪਾਕ ਰੂਹ ਤੋਂ ਮਦਦ ਮੰਗੋ ਪਰਮੇਸ਼ਰ ਤੋਂ ਮਦਦ ਮੰਗੋ ਅਰ ਪ੍ਰਭੂ ਨੂੰ ਕਹੋ ਪ੍ਰਭੂ ਸਾਨੂੰ ਆਪਣੇ ਮੂੰਹ ਚੋਂ ਉਗਲ ਨਾ ਸਿੱਟਿਓ ਪਰ ਪ੍ਰਭੂ ਸਾਨੂੰ ਆਪਣੇ ਅੰਦਰ ਲੈ ਲਓ ਇੱਕ ਸਵਾਦਲੀ ਸਵਾਦਲੀ ਗਰਾਈ ਦੀ ਨਿਆਈ ਸਵਾਦਲੀ ਬੁਰਕੀ ਦੀ ਨਿਆਈ ਹਾਲੇਲੂਇਆ ਪ੍ਰਭੂ ਦੀ ਨਜ਼ਰ ਚ ਅਸੀਂ ਚੰਗੇ ਲੱਗੀਏ ਪ੍ਰਭੂ ਦੇ ਪ੍ਰਭੂ ਦੇ ਮੂੰਹ ਨੂੰ ਅਸੀਂ ਸਵਾਦਲੇ ਲੱਗੀਏ ਪਰਮੇਸ਼ਰ ਦੇ ਮਨ ਨੂੰ ਅਸੀਂ ਚੰਗੇ ਲੱਗੀਏ ਸੋ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਣ ਅਸੀਂ ਉਸ ਉਹ ਆਇਤ ਦੇ ਵਿੱਚ ਉਹ ਆਇਤ ਸਾਡੇ ਤੇ ਨਾ ਟੁਕੇ ਕਿ ਤੂੰ ਜਿਉਂਦਾ ਕਹੋਂਦਾ ਤੇ ਆ ਪਰ ਤੂੰ ਮਰਦਾ ਆ ਪਰ ਸਾਡੇ ਲਈ ਜਦੋਂ ਵੀ ਕਦੀ ਪਰਮੇਸ਼ਰ ਬੋਲਣ ਤੇ ਉਹ ਇਹ ਕਹਿਣ ਜੇ ਕਿਸੇ ਨੇ ਜਿਉਣਾ ਸਿੱਖਣਾ ਆ ਤੇ ਜਾਓ ਫੁਲਾਨੇ ਵੱਲ ਦੇਖੋ ਤਾਂ ਅਸੀਂ ਜਿਉਣ ਦੀ ਇੱਕ ਉਦਾਹਰਣ ਬਣੀਏ ਸਾਡਾ ਲਾਈਫ ਸਟਾਈਲ ਦੂਜਿਆਂ ਦੇ ਲਈ ਇੱਕ ਉਦਾਹਰਣ ਬਣੇ ਕਿ ਜਿਉਣਾ ਆ ਤੇ ਉਹਨਾਂ ਵਾਂਗ ਜਿਉਓ ਪਰਮੇਸ਼ਰ ਨੂੰ ਮੰਨਣਾ ਤੇ ਉਹਨਾਂ ਵਾਂਗ ਮੰਨੋ ਤਾਲ ਮਿਲ ਕੇ ਦੇ ਕੰਮ ਕਰਨ ਤੇ ਉਹਨਾਂ ਮੰਗ ਕਰੋ ਪ੍ਰਾਰਥਨਾ ਕਰਨੀ ਤੇ ਉਹਨਾਂ ਮੰਗ ਕਰੋ ਵਿਸ਼ਵਾਸ ਕਰਨ ਤੇ ਉਹਨਾਂ ਦੇ ਮੰਗ ਕਰੋ ਸੋ ਆਪਣੇ ਆਪ ਨੂੰ ਇੱਕ ਚੰਗੀ ਐਗਜ਼ੈਂਪਲ ਸੈੱਟ ਕਰੋ ਤਾਂ ਜੋ ਪਰਮੇਸ਼ਵਰ ਦਾ ਮਨ ਤੁਹਾਡੇ ਉੱਤੇ ਜਿਹੜਾ ਆ ਨਿਹਾਲ ਹੋਏ ਹallelujah ਸੋ ਮੈਂ ਯਕੀਨ ਕਰਦੀ ਆ ਅੱਜ ਦਾ ਦਿਨ ਬਹੁਤ ਮੁਬਾਰਕ ਆ ਅਰ ਮੈਂ ਬles ਕਰਦੀ ਆ ਅਰ ਪਰਮੇਸ਼ਵਰ ਕੋਲੋਂ ਮੰਗਦੀ ਆ ਕਿ ਅੱਜ ਦਾ ਦਿਨ ਇੱਕ ਵੱਡੀ ਖੁਸ਼ੀ ਲੈ ਕੇ ਆਏ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਜਿੱਥੇ ਜਾਓ ਤੁਹਾਡੇ ਰਾਹਾਂ ਦੇ ਵਿੱਚ ਤੁਸੀਂ ਮੁਬਾਰਕ ਠਹਿਰੋ ਪਰਮੇਸ਼ਵਰ ਜੀ ਦੀ ਆਸ਼ੀਸ਼ ਤੁਹਾਡੇ ਬੱਚਿਆਂ ਦੇ ਉੱਤੇ ਆਏ ਤੁਹਾਡੇ ਮਾਲ ਡੰਗਰ ਦੇ ਉੱਤੇ ਆਏ ਖੇਤਾਂ ਦੇ ਉੱਤੇ ਆਏ ਕਾਰੋਬਾਰ ਦੇ ਉੱਤੇ ਆਏ ਪਰਮੇਸ਼ਵਰ ਦੀ ਆਸ਼ੀਸ਼ ਦੇ ਵਿੱਚ ਤੁਸੀਂ ਬਣੇ ਰਹੋ ਰੂਹ ਦੀ ਵਰਖਾ ਤੁਹਾਡੇ ਜੀਵਨ ਦੇ ਵਿੱਚ ਹੋਏ ਤੁਸੀਂ ਰੂਹ ਦੀ ਅੱਗ ਦੀ ਪੱਠੀ ਦੇ ਵਿੱਚ ਗਰਮ ਹੋ ਜੋ ਮਗ ਜਾਓ ਜਗ ਜਾਓ ਔਰ ਤੁਸੀਂ ਇੱਕ ਸਵਾਦਲਾ ਨਮਕ ਸਿੱਧ ਹੋਵੋ ਤੁਸੀਂ ਜਗਤ ਦਾ ਚਾਨਣ ਸਿੱਧ ਹੋਵੋ ਤੁਹਾਡੀ ਲਾਈਫ ਸਟਾਈਲ ਦੂਜਿਆਂ ਦੇ ਲਈ ਇੱਕ ਬੈਸਟ ਐਗਜ਼ਾਮਪਲ ਹੋਏ ਪਰਮੇਸ਼ਵਰ ਦੀ ਨਜ਼ਰ ਵਿੱਚ ਤੁਸੀਂ ਪਸੰਦ ਆਉਣ ਵਾਲੇ ਹੋਵੋ ਔਰ ਪਰਮੇਸ਼ਵਰ ਦਾ ਇੱਕ ਇੱਕ ਵਚਨ ਤੁਹਾਡੇ ਜੀਵਨ ਦੇ ਵਿੱਚ ਜੜ ਫੜੇ ਅਰ ਸੱਚਮੁੱਚ ਪਰਮੇਸ਼ਵਰ ਦਾ ਵਚਨ ਤੁਹਾਡੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਨਜ਼ਰ ਆਏ ਕੰਮ ਕਰੇ ਅਰ ਤੁਹਾਡੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਵੰਡਰਫੁਲ ਹੋਏ ਅਮੇਜ਼ਿੰਗ ਹੋਏ ਪ੍ਰਭੂ ਬles ਕਰੋ ਆਪਣੇ ਲੋਕਾਂ ਨੂੰ ਪਵਿੱਤਰਤਾ ਹੀ ਬਖਸ਼ੋ ਸਮਝਦਾਰੀ ਬਖਸ਼ੋ ਗਿਆਨ ਪ੍ਰਕਾਸ਼ ਦਾ ਸਪਿਰਿਟ ਬਖਸ਼ੋ ਮੇਰੇ ਪ੍ਰਭੂ ਸਾਨੂੰ ਆਪਣੇ ਮੂੰਹ ਵਿੱਚੋਂ ਉਗਲਿਓ ਨਾ ਪਰ ਮੇਰੇ ਪਿਤਾ ਪਰਮੇਸ਼ਵਰ ਸਾਨੂੰ ਆਪਣੇ ਅੰਦਰ ਲੈ ਲਓ ਪ੍ਰਭੂ ਸਾਨੂੰ ਆਪਣੇ ਅੰਦਰ ਲੈ ਲਓ ਮੇਰੇ ਪਿਤਾ ਪਰਮੇਸ਼ਵਰ ਔਰ ਮੇਰੇ ਪਿਆਰੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਆਓ ਪ੍ਰਭੂ ਸਾਨੂੰ ਸਮਝਦਾਰੀ ਬਖਸ਼ੋ ਔਰ ਕਿੱਦਾਂ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਤੁਹਾਡੇ ਯੋਗ ਬਣ ਸਕੀਏ ਸਾਨੂੰ ਬਣਾ ਲਓ ਅਸੀਂ ਆਪਣੇ ਆਪ ਨੂੰ ਆਪਣੇ ਲਹੂ ਮਾਸ ੱਡੀਆਂ ਨੂੰ ਰੂਹ ਜਿਸਮ ਜਾਣ ਨੂੰ ਸੋਚਾਂ ਵਿਚਾਰਾਂ ਤੇ ਮਨ ਦੇ ਖਿਆਲਾਂ ਨੂੰ ਪ੍ਰਭੂ ਆਪ ਜੀ ਦੇ ਅੱਗੇ ਰੱਖਦੇ ਆਂ ਹੱਥਾਂ ਵਿੱਚ ਸੌਂਪਦੇ ਆਂ ਆਪ ਜੀ ਦੇ ਆਂ ਪ੍ਰਭੂ ਆਪਣੀ ਇੱਛਾ ਦੇ ਅਨੁਸਾਰ ਸਾਨੂੰ ਚਲਾਓ ਬles ਕਰੋ ਅਸ ਦੇ ਦਿਨ ਨੂੰ ਮੇਰੇ ਪ੍ਰਭੂ ਬles ਕਰੋ ਸਾਡੀ ਬੇਨਤੀ ਨੂੰ ਸੁਣੋ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਵਰਗੀ ਪਿਤਾ ਪਰਮੇਸ਼ਰ ਦੀ ਹਜ਼ੂਰੀ 'ਚੋਂ ਮੰਗਦੇ ਹਾਂ ਆਮੀਨ 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 ਗੋਡ ਬlesਸ ਯੂ ਪ੍ਰਭੂ ਤਾ ਨੁਰ ਰਜ ਰਜ ਕੇ ਬਰਕਤਾਂ ਦੇਣ ਇੰਨੀਆਂ ਬਰਕਤਾਂ ਦੇਣ ਕਿ ਤੁਹਾਡੇ ਮੂੰਹ ਦੇ ਸ਼ਬਦ ਥੋੜੇ ਪੈ ਜਾਣ ਗਵਾਹੀਆਂ ਦੇ ਲਈ ਤੁਹਾਡੇ ਮੂੰਹ ਦੇ ਸ਼ਬਦ ਥੋੜੇ ਪੈ ਜਾਣ ਪਰਮੇਸ਼ਰ ਦੀ ਮਹਿਮਾ ਕਰਨ ਦੇ ਲਈ ਇੰਨੀ ਮਹਿਮਾ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਆਪਣੀ ਭਰ ਦੇਣ ਇੰਨੀਆਂ ਬਰਕਤਾਂ ਪਰਮੇਸ਼ਰ ਆਪਣੀਆਂ ਤੁਹਾਡੇ ਜੀਵਨ 'ਚ ਭਰ ਦੇਣ ਅਰ ਮਕੈਂਡੀ ਕਿ ਪਾਕਰੂ ਤੁਹਾਨੂੰ ਵਚਨ ਪੜਨ ਲਈ ਮਜਬੂਰ ਕਰੇ ਪਾਕਰੂ ਤੁਹਾਨੂੰ ਪ੍ਰਾਰਥਨਾ ਕਰਨ ਲਈ ਮਜਬੂਰ ਕਰੇ ਅਰ ਪ੍ਰਾਰਥਨਾ ਕਰਦਿਆਂ ਕਰਦਿਆਂ ਤੁਸੀਂ ਪਰਮੇਸ਼ਵਰ ਦੇ ਵਿੱਚ ਪ੍ਰਵੇਸ਼ ਕਰੋ ਅਰ ਪਰਮੇਸ਼ਵਰ ਤੁਹਾਡੇ ਵਿੱਚ ਆਤਮਾ ਦੇ ਜ਼ਰੀਏ ਪ੍ਰਵੇਸ਼ ਕਰ ਜਾਣ ਗੋਡ ਬlesਸ ਯੂ ਹੈਵ ਅ ਵੰਡਰਫੁਲ ਬlesਸਡ ਡੇ